ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਨਮਾਣੇ ਬਹੋ ਤੇਗ ਬਹਾ ਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੰਤਰ ਪੁਨ ਪੁਨ ਸੀਸਾ ਬੰਦੋਂ ਪਾਰ ਪਾਰ ਜਗਦੀਸ਼ਾ ਇਸਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦ ਕਰਿ ਅਨੁਰਾਗ ਏਕੰਕਾਰਾ ਸਤਗੁਰੂ ਤਿਹ ਪ੍ਰਸਾਦ ਸਚ ਹੋਵੇ ਵਾਹਿਗੁਰੂ ਜੀ ਕੀ ਫਤਹਿ ਬਿਗਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਨ ਕੈ ਤਿਨ ਤੇ ਆਏ ਘਰ ਨਿਤ ਕਰਤ ਉਢੀਕਾ ਕਬ ਦਰਸ਼ਨ ਜਿ ਦੇਹੇਗੇ ਕਰ ਹੈ ਪਦ ਨੀਕਾ ਆਨ ਕਿਰਤ ਅਰਥ ਅਬ ਕੀਓ ਕਾਟੋ मम ਪੀਰਾ ਸ੍ਰੀ ਨਾਨਕ ਅੰਗਦ ਅਮਰ ਤੁਮ ਹੀ ਪ੍ਰਭ ਧੀਰਾ ਸੁਨ ਕੈ ਤਿਨ ਤੇ ਆਏ ਘਰ ਨਿਤ ਕਰਤ ਉਡੀਕਾ ਸਤਿ ਪਤਿਸ਼ਾ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰ ਜਾਮੀ ਪੂਰਨ ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਭ ਰੂਪ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਮਹਾਨ ਪਾਵਨ ਹਾਜ਼ਰੀ ਵਿਖੇ ਸੁਭਾਏ ਮਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੱਜੇ ਹੋਏ ਹੋ ਗੁਰਬਾਣੀ ਜੀ ਦਾ ਰਸ ਪੀਣਾ ਕੀਰਤਨ ਗੁਰੂ ਪਿਆਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ ਕੋਜ ਸਮਾ ਲੜੀਵਾਰ ਕਥਾ ਦੇ ਨਾਲ ਆਪਣਾ ਚਿੱਤ ਜੋੜੀਏ ਦੋਵੇਂ ਹੱਥ ਜੋੜ ਕੇ ਗੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀਵਾਰ ਕਥਾ ਪੰਚਮ ਗੁਰੂ ਦੇਵ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹਾਂ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਨੂੰ ਤਾਰ ਰਹੇ ਹਨ ਔਰ ਆਪ ਜੀ ਨੇ ਸਰਵਣ ਕੀਤਾ ਸ੍ਰੀ ਗੋਇੰਦਵਾਲ ਸਾਹਿਬ ਜੀ ਤੋਂ ਪੋਥੀਆਂ ਪ੍ਰਾਪਤ ਹੋਈਆਂ ਨੇ। ਬਾਬਾ ਮੋਹਨ ਜੀ ਬਹੁਤ ਨਿਮਰਤਾ ਵਿੱਚ ਆਏ ਐ। ਬਾਬਾ ਮੋਹਰੀ ਜੀ ਨੇ ਬੇਹੱਦ ਮਹਾਰਾਜ ਜੀ ਦੇ ਨਾਲ ਪਿਆਰ ਕੀਤਾ, ਸਤਕਾਰ ਕੀਤਾ, ਸਨਮਾਨ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਖਡੂਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਹਨ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮਹਾਨ ਅੰਗੀਠਾ ਸਾਹਿਬ ਵਾਲੇ ਅਸਥਾਨ ਤੇ ਆ ਕੇ ਨਮਸਕਾਰ ਕੀਤੀ ਹੈ। ਖਟੂਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਦੇ ਦੋਵੇਂ ਪੁੱਤਰ ਵੱਸਦੇ ਹਨ ਮਹਾਰਾਜ ਜੀ ਦੇ ਛੋਟੇ ਪੁੱਤਰ ਦਾ ਨਾਮ ਹੈ ਬਾਬਾ ਦਾਤੂ ਜੀ ਬਾਬਾ ਦਾਤੂ ਜੀ ਨੂੰ ਜਦੋਂ ਪਤਾ ਲੱਗਾ ਵੀ ਗੁਰੂ ਅਰਜਨ ਦੇ ਮਹਾਰਾਜ ਆਏ ਆਂ ਸੇਵਕਾਂ ਨੂੰ ਨਾਲ ਲੈ ਕੇ ਬਾਬਾ ਦਾਤੂ ਜੀ ਤੁਰੰਤ ਹੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਹਨ ਸਤਿਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖਿਆ ਗੁਰੂ ਸਾਹਿਬ ਮਹਾਰਾਜ ਉਹਨਾਂ ਦਾ ਸਨਮਾਨ ਕਰਦੇ ਹਨ ਵੀ ਤੁਸੀਂ ਗੁਰੂ ਦੇ ਪੁੱਤਰ ਹੋ। ਗੁਰੂ ਵੀ ਉਹ ਜਿਨ੍ਹਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਲਈਆਂ ਗੁਰੂ ਨਾਨਕ ਸਾਹਿਬ ਜੀ ਦਾ ਪਿਆਰ ਲਿਆ ਤੁਸੀਂ ਸਾਡੇ ਦੀ ਸਤਿਕਾਰਯੋਗ ਹੋ। ਪਰ ਬਾਬਾ ਮੋਹਰੀ ਜੀ ਅੱਗੋਂ ਆਪਣੀ ਵਿਥਿਆ ਸਾਰੀ ਸੁਣਾਉਂਦੇ ਐ। ਮਹਾਰਾਜ ਸੱਚੇ ਪਾਤਸ਼ਾਹ ਜਿਸ ਸਮੇ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਬੈਠੇ ਕੁਝ ਮੇਰੇ ਸੰਗੀ ਸਾਥੀ ਮਾੜੇ ਸਨ। ਉਹਨਾਂ ਮੈਨੂੰ ਸਿਖਾਇਆ ਇਸ ਤਰ੍ਹਾਂ ਦੀਆਂ ਗੱਲਾਂ ਮੇਰੇ ਮਨ ਵਿੱਚ ਈਰਖਾ ਪੈਦਾ ਹੋ ਗਈ। ਜਦੋਂ ਮੇਰੇ ਮਨ ਵਿੱਚ ਈਰਖਾ ਪੈਦਾ ਹੋ ਗਈ ਜੋ ਫਿਰ ਉਹਨਾਂ ਕੀਤਾ ਉਹ ਸੁਣਾਇਆ ਵੀ ਉਹਨਾਂ ਵੀ ਕਿਵੇਂ ਗੋਇੰਦਵਾਲ ਸਾਹਿਬ ਜਾ ਕੇ ਮੈਂ ਲੱਤ ਮਾਰ ਕੇ ਬੇਦਬੀ ਕੀਤੀ। ਗੁਰੂ ਅਮਰਦਾਸ ਜੀ ਨੇ ਕਿਵੇਂ ਨਿਮਰਤਾ ਦੇ ਨਾਲ ਫਿਰ ਮੈਨੂੰ ਪਿਆਰ ਕੀਤਾ। ਕਹਿਣ ਲੱਗੇ ਮਹਾਰਾਜ ਉਸ ਦਿਨ ਤੋਂ ਬਾਅਦ ਮੇਰੀ ਲੱਤ ਵਿੱਚ ਬਹੁਤ ਪੀੜ ਹੋ ਰਹੀ ਹੈ। ਸੰਗਤ ਦੀ ਤੇਤਾ ਰੱਖੋ ਉਸ ਲੱਤ ਰਾਈ ਸੱਚੇ ਪਾਤਸ਼ਾਹ ਜੀ ਦੀ ਬੇਦਬੀ ਹੋਈ ਸੀਗੀ ਪੀੜ ਤੇ ਹੋਣੀ ਸੀ ਨਾ ਜੇ ਫਿਰ ਉੱਥੇ ਜੀ ਹਾਂਜੀ ਪੀੜ ਤੇ ਉਹਦੇ ਵਿੱਚ ਹੋਣੀ ਸੀਗੀ ਜੀ ਕਿਉਂ ਬੇਦਬੀ ਕੀਤੀ ਜੀ ਚੇਤਾ ਰੱਖੋ ਜੇ ਹੱਥ ਮਹਾਰਾਜ ਜੀ ਨੂੰ ਚੌਰ ਸਾਬ ਕਰਦੇ ਆ ਸਰੀਰ ਮਹਾਰਾਜ ਜੀ ਦੀ ਸੇਵਾ ਕਰਦਾ ਹੈ ਤੇ ਸਰੀਰ ਸਫਲਾ ਹੁੰਦਾ ਹੈ ਤੇ ਜੇ ਕਿਸੇ ਅੰਗ ਨੇ ਵੇਧ ਵੀ ਕੀਤੀ ਹੈ ਤੇ ਫਿਰ ਉਸ ਅੰਗ ਨੂੰ ਦੁੱਖ ਤੇ ਹੁੰਦਾ ਹੀ ਹੈ ਨਾ ਜੀ ਇਹ ਕੁਦਰਤੀ ਨਿਜਮ ਹੈ ਨਹੀਂ ਔਰ ਇਹ ਸਭ ਵਾਸਤੇ ਬਰਾਬਰ ਹੈਗਾ ਹੈ ਜੀ ਕੁਦਰਤ ਦਾ ਨਿਜਮ ਹੈ ਬਾਬਾ ਦਾਤੂ ਜੀ ਕਹਿੰਦੇ ਮਹਾਰਾਜ ਉਸ ਦਿਨ ਤੋਂ ਬਾਅਦ ਮੇਰੀ ਲੱਤ ਬਹੁਤ ਪੀੜ ਹੋਣ ਲੱਗੀ ਜਦੋਂ ਗੁਰੂ ਅਮਰਦਾਸ ਜੀ ਸਰੀਰ ਤਿਆਗਣ ਲੱਗੇ ਮੈਨੂੰ ਪਤਾ ਲੱਗਾ ਮੈਂ ਮਹਾਰਾਜ ਦੇ ਕੋਲ ਗਿਆ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਉਸ ਦਿਨ ਤੋਂ ਲੱਤ ਬਹੁਤ ਪੀੜ ਹੋ ਰਹੀ ਹੈ ਹਾਂਜੀ ਵੇਖੋ ਬਜ਼ੁਰਗ ਜਿੰਨਾਂ ਦੇ ਹੁੰਦੀਆਂ ਨੇ ਇਹ ਦਰਦਾਂ ਕਿਵੇਂ ਉਤਰਾਹੀ ਮਾਮ ਕਰਦੇ ਨੇ ਸਾਰੀ ਸਾਰੀ ਰਾਤ ਨਹੀਂ ਸੌਂਦੇ ਉਹ ਕੁੱਟਦੇ ਰਹਿੰਦੇ ਆ ਪੀੜ ਬਹੁਤ ਜ਼ਬਰਦਸਤ ਨਿਕਲਦੀ ਹੈ ਇਹੋ ਹੀ ਵਿਥਿਆ ਬਾਬਾ ਦਾਤੂ ਜੀ ਨੇ ਜਾ ਕੇ ਦਸੀ ਮਹਾਰਾਜ ਮੈਂ ਸਾਰੀ ਸਾਰੀ ਰਾਤ ਨਹੀਂ ਸੌਂਦਾ ਪੀੜ ਹੁੰਦੀ ਰਹਿੰਦੀ ਹੈ ਹੁਣ ਮੈਂ ਹੰਕਾਰ ਵਸ ਕਰਮ ਕਰ ਬੈਠਾ ਹਾਂ ਡਰਦਾ ਮੈਂ ਕਿਸੇ ਨੂੰ ਦੱਸਦਾ ਵੀ ਨਹੀਂ ਵੀ ਮੇਰੇ ਨਾਲ ਕੀ ਬਣਿਆ ਹੈ ਮਹਾਰਾਜ ਹੁਣ ਮੇਰੇ ਤੇ ਕਿਰਪਾ ਕਰੋ ਤੇ ਗੁਰੂ ਅਮਰਦਾਸ ਜੀ ਨੇ ਫਿਰ ਅੱਗੋਂ ਬਚਨ ਕੀਤਾ ਕਿ ਜੇ ਤੁਸੀਂ ਇਸ ਦੁੱਖ ਤੋਂ ਦੂਰ ਹੋਣਾ ਹੈ ਨਾ ਤੇ ਸਮਾ ਆਏਗਾ ਕਹਿੰਦੇ ਮੈਂ ਤੇ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ ਹੈ ਤੁਸੀਂ ਖਡੂਰ ਨਗਰ ਵਿੱਚ ਜਾ ਕੇ ਬੈਠੋ ਖਡੂਰ ਸਾਹਿਬ ਸਮਾ ਆਏਗਾ ਗੁਰੂ ਰਾਮਦਾਸ ਜੀ ਦੇ ਪੁੱਤਰ ਅਰਜਨ ਦੇਵ ਜੀ ਗੁਰਦਾ ਗੱਦੀ ਤੇ ਬੈਠਣਗੇ ਉਹ ਬਾਬਾ ਮੋਹਣ ਦੀ ਕੋਲੋਂ ਪੋਥੀਆਂ ਲੈਣਗੇ ਉਦੋਂ ਫਿਰ ਤੁਹਾਡੇ ਕੋਲ ਆਉਣਗੇ ਤੇ ਤੁਹਾਡਾ ਦੁੱਖ ਦੂਰ ਕਰਨਗੇ ਗੱਜ ਕੇ ਆਖੋ ਵਾਹਿਗੁਰੂ ਹੁਣ ਇਸ ਕੰਮ ਵਿੱਚ ਵੀ ਸੰਗਤ ਦੀ ਘਟੋ ਘਟ ਨਹੀਂ ਤੇ 20 ਸਾਲਾਂ ਦਾ ਸਮਾਂ ਪੈ ਗਿਆ ਜੀ ਇੰਨਾ ਲੰਮਾ ਸਮਾਂ ਪੈ ਗਿਆ ਇੰਨਾ ਲੰਮਾ ਸਮਾਂ ਉਸ ਦੁੱਖ ਨੂੰ ਬਰਦਾਸ਼ਤ ਕਰਨਾ ਕੋਈ ਸੌਖਾ ਕੰਮ ਨਹੀਂ ਸੀਗਾ ਜੀ ਸੁੱਕੀ ਪੀੜ ਨਿਕਲਦੀ ਐ ਲੱਤ ਵਿੱਚੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਬਾਬਾ ਦਾਤੂ ਜੀ ਹੁਣ ਅੱਗੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਹ ਬੇਨਤੀ ਕਰ ਰਹੇ ਹਨ ਆਓ ਆਪਾਂ ਬੜੇ ਪਿਆਰ ਦੇ ਨਾਲ ਸਾਰਿਆਂ ਨੇ ਕਥਾ ਵਿੱਚ ਚਿੱਤ ਜੋੜਨਾ ਹੈ ਕੋਈ ਰਸਨਾ ਬੰਦੀ ਨਾ ਰਹੇ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣ ਕੇ ਤਿੰਨ ਤੇ ਆਏ ਘਰ ਨਿਤ ਕਰਤ ਉਡੀਕਾ اے ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਤੋਂ ਸੁਣ ਕੇ ਮੈਂ ਆਪਣੇ ਘਰ ਵਿੱਚ ਬੈਠ ਗਿਆ ਤੇ ਆਪ ਜੀ ਦੀ ਉਡੀਕ ਕਰ ਰਿਆ ਸਾਂ ਹਾਂ ਜੀ ਕਬ ਦਰਸ਼ਨ ਨਿਜ ਦੇਹੇਗੀ ਕਰ ਹੈ ਪਦ ਨੀਕਾ ਕਦੋਂ ਮੈਨੂੰ ਦਰਸ਼ਨ ਹੋਣਗੇ ਕਦੋਂ ਮੇਰੀ ਕਲਿਆਣ ਹੋਵੇਗੀ ਮਹਾਰਾਜ ਮੈਂ ਕਦੋਂ ਦਾ ਇਸ ਸਮੇ ਨੂੰ ਉਡੀਕ ਰਿਆ ਸਾਂ ਆਨ ਕਰਤਾਰਥ ਅਬ ਕੀਓ ਕਾਟੋ ਮਮ ਪੀਰਾ ਏ ਸੱਚੇ ਪਾਤਸ਼ਾਹ ਗਰੀਬ ਨਵਾਜ ਹੁਣ ਤੁਸੀਂ ਮੈਨੂੰ ਕਰਤਾਰਥ ਕੀਤਾ ਚੱਲ ਕੇ ਆਏ ਹੋ ਹੁਣ ਮਹਾਰਾਜ ਮੇਰੇ ਤੇ ਮਿਹਰ ਕਰੋ ਤੇ ਮਹਾਰਾਜ ਮੇਰੀਏ ਜਿਹੜੀ ਪੀੜ ਨਿਕਲਦੀ ਐ ਨਾ ਮਹਾਰਾਜ ਉਹ ਦੂਰ ਕਰ ਦਿਓ ਹਾਂ ਜੀ ਸ੍ਰੀ ਨਾਨਕ ਅੰਗਦ ਅਮਰ ਤੁਮਹੀ ਪ੍ਰਭ ਧੀਰਾ ਮਹਾਰਾਜ ਮੈਨੂੰ ਪੁੱਛ ਕੇ ਵੇਖੋ ਮੇਰੇ ਵਾਸਤੇ ਤੁਸੀਂ ਗੁਰੂ ਨਾਨਕ ਸਾਹਿਬ ਹੋ ਮੇਰੇ ਲਈ ਤੁਸੀਂ ਗੁਰੂ ਅੰਗਦ ਦੇਵ ਸਾਹਿਬ ਹੋ ਤੇ ਮੇਰੇ ਲਈ ਤੁਸੀਂ ਗੁਰੂ ਅਮਰਦਾਸ ਸਾਹਿਬ ਹੋ ਕਹਿਣ ਲੱਗੇ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਹਾਂ ਜੀ ਚਰਨ ਸ਼ਰਨ ਪਰਨੇ ਦੇਹੋ ਪੁਰ ਹੋ ਉਰ ਆਸਾ ਚਰਨ ਸ਼ਰਨ ਪਰਨੇ ਦੇਹੋ हे ਮਹਾਰਾਜ ਕਿਰਪਾ ਕਰੋ ਮੇਰੇ ਪੀੜਾ ਦੂਰ ਕਰ ਦਿਓ ਮਹਾਰਾਜ ਸੰਗਤ ਜੀ ਜਿਹੜੀ ਚੀਜ਼ ਦੀ ਲੋੜ ਹੋਵੇ ਬੰਦੇ ਨੇ ਉਹ ਹੀ ਮੰਗਣੀ ਹੈ ਜੀ ਲੱਤ ਤੋਂ ਬਹੁਤ ਪੀੜ ਨਿਕਲ ਰਹੀ ਹੋਵੇ ਤੇ ਬੰਦਾ ਨਾਮ ਦੀ ਦਾਤ ਥੋੜੀ ਮੰਗੇਗਾ ਜੀ ਉਦੋਂ ਤੇ ਬੰਦਾ ਕਹੇਗਾ ਪਹਿਲਾਂ ਦੁੱਖ ਦੂਰ ਹੋਵੇ ਜੀ ਪ੍ਰਥਮ ਸੁਖ ਨਰੋਗੀ ਕਾਇਆ ਬਾਬਾ ਜੀ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਮੇਰੀ ਆਸ ਪੂਰੀ ਕਰਦੇ ਹੋ ਹਾਂਜੀ ਨਾਹਨ ਹਟਾਵਨ ਕੀਜੀਐ ਜੈਸੇ ਨਿਜਦਾਸਾ ਸੱਚੇ ਪਾਤਸ਼ਾਹ ਕਿਰਪਾ ਕਰੋ ਹੁਣ ਮਾਰੇ ਮੇ ਰਕਿਆ ਨਾ ਮੋੜਿਓ ਹੁਣ ਜਿਵੇਂ ਨਿੱਜੀ ਸੇਵਕਾਂ ਦੀ ਬੇਨਤੀ ਮੰਨਦੇ ਹੋ ਨਾ ਉਵੇਂ ਮੇਰੀ ਬੇਨਤੀ ਪ੍ਰਵਾਨ ਕਰੋ ਮੇਰਾ ਦੁੱਖ ਦੂਰ ਕਰੋ ਸ੍ਰੀ ਅਰਜਨ ਸੁਨ ਪੁਨ ਭਨਿਓ ਜਿਮ ਚਾਹ ਤੁਮਾਰੀ ਸ੍ਰੀ ਅਰਜਨ ਸੁਨ ਪੁਨ ਭਨਿਓ ਜਿਮ ਚਾਹ ਤੁਮਾਰੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਦਇਆ ਦੇ ਸਾਗਰ ਮਹਾਰਾਜ ਕਹਿਣ ਲੱਗੇ ਬਾਬਾ ਜੀ ਜਿਵੇਂ ਆਪ ਜੀ ਦੀ ਇੱਛਾ ਹੈ ਹਾਂਜੀ ਕਰੋ ਤਥਾ ਥਲ ਵੱਡੇ ਹੋ ਹਮ ਸਿੱਖ ਅਗਾਰੀ ਉਸੇ ਤਰ੍ਹਾਂ ਹੀ ਕਰੋ ਕਹਿ ਲੱਗੇ ਤੁਸੀਂ ਵੱਡੇ ਥਾਂ ਤੇ ਤੇ ਅਸੀਂ ਤੁਹਾਡੇ ਸਿੱਖ ਹੈਗੇ ਆਂ ਵੇਖ ਲਓ ਖੁਦ ਗੁਰੂ ਹੋ ਕੇ ਮਹਾਰਾਜ ਕਿੰਨਾ ਸਤਕਾਰ ਕਰਦੇ ਤੇ ਮੈਂ ਫਿਰ ਬੇਅੰਤੀ ਕਰਨ ਲੱਗਾ ਮਾੜੀ ਮੋਟੀ ਜੀ ਤਾਕਤ ਆ ਜੇ ਦੋ ਬੰਦੇ ਤੇ ਪਿੱਛੇ ਬੰਦੇ ਬੋਲਣ ਵਾਲੇ ਬਣ ਜਾਣ ਬੰਦਾ ਸਮਝਦਾ ਮੈਂ ਪਰਮੇਸ਼ਰ ਹੀ ਬਣ ਗਿਆ ਜੀ ਇਥੇ ਕਿੰਨੇ ਵੱਡੇ ਸੱਚੇ ਪਾਤਸ਼ਾਹ ਤੇ ਕਿੰਨੀ ਵੱਡੀ ਨਿਮਰਤਾ ਜੀ ਹਾਂਜੀ ਸਕੈ ਹਟਾਏ ਨਾ ਤੁਮ ਕ੍ਰਿਤੀ ਕਰ ਬੰਧ ਤਾ ਆਗੇ ਮਹਾਰਾਜ ਕਹਿਣ ਲੱਗੇ ਅਸੀਂ ਤੁਹਾਡੀ ਗੱਲ ਮੋੜ ਥੋੜੀ ਸਕਦੇ ਕਹਿਣ ਲੱਗੇ ਜੋ ਤੁਸੀਂ ਸਾਨੂੰ ਕਿਹਾ ਅਸੀਂ ਮੋੜ ਨਹੀਂ ਸਕਦੇ ਹਾਂਜੀ ਗੁਰ 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 ਕੇ ਪੁੱਤਰ ਸਭ ਵੱਡ ਬੁੱਧ ਸੁਭਾਗੇ ਕਿਉ ਤੁਸੀਂ ਸਾਡੇ ਸਤ ਗੁਰੂ ਅੱਗੋਂ ਉਹਨਾਂ ਦੇ ਸਤਿਗੁਰੂ ਤੇ ਅੱਗੋਂ ਉਹਨਾਂ ਦੇ ਸਤਿਗੁਰੂ ਦੇ ਪੁੱਤਰ ਹੋ ਕਹਿਣ ਲੱਗੇ ਤੁਸੀਂ ਤੇ ਉਮਰ 'ਚ ਵੀ ਵੱਡੇ ਤੇ ਪਦਵੀ 'ਚ ਵੀ ਵੱਡੇ ਹੋ ਮਹਾਰਾਜ ਕਹਿਣ ਲੱਗੇ ਹਾਨੀ ਤਬ ਦਾਤੂ ਕਰ ਜੋਰ ਕੇ ਚਰਨੀ ਲਪਟਾਇਓ ਤੇ ਫਿਰ ਕੀ ਸੀਗਾ ਜੀ ਬਾਬਾ ਦਾਤੂ ਦੀ ਹੱਥ ਜੋੜ ਕੇ ਤੇ ਮਹਾਰਾਜ ਦੇ ਚਰਨਾਂ ਨਾਲ ਲਿਪਟ ਗਏ ਜੀ ਮਹਾਰਾਜ ਮੈਨੂੰ ਸੇਵਕ ਜਾਣੋ ਤੇ ਮੇਰੇ ਲਤ ਚੋਂ ਨਿਕਲ ਰਹੀ ਪੀੜ ਜਿਹੜੀ ਐ ਨਾ ਇਹਨੂੰ ਦੂਰ ਕਰ ਦਿਓ ਮਹਾਰਾਜ ਹਾਂਜੀ ਸ੍ਰੀ ਅਰਜਨ ਕਰ ਫੇਰ ਕੈ ਦੁੱਖ ਲਾਤ ਹਟਾਇਓ ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਸਤੇ ਪਾਤਸ਼ਾਹ ਜੀ ਦਇਆ ਦੇ ਘਰ ਵਿੱਚ ਆਏ ਮਹਾਰਾਜ ਨੇ ਬਾਬਾ ਦਾਤੂ ਜੀ ਦੀ ਉਸ ਲਤ ਤੇ ਹੱਥ ਫੇਰਿਆ ਜਿਹੜੀ ਲਤ ਪੀੜ ਹੁੰਦੀ ਸੀਗੀ ਦੀ ਹੱਥ ਫੇਰਨ ਦੀ ਧੀਰ ਸੀਗੇ ਉਸੇ ਵੇਲੇ ਕਈ ਸਾਲਾਂ ਦੇ ਪੀੜ ਜਿਹੜੀ ਹਟਦੀ ਨਹੀਂ ਸੀ ਨਾ ਜੀ ਤਤਕਾਲ ਹੀ ਦੂਰ ਹੋ ਗਈ ਦੀ ਤਤਕਾਲ ਦੂਰ ਹੋ ਗਈ ਆਖੋ ਵਾਹਿਗੁਰੂ ਵਾਹਿਗੁਰੂ ਗੱਜ ਕੇ ਆਖੋ ਵਾਹਿਗੁਰੂ ਕਿਉਂ ਗੁਰੂ ਸਾਹਿਬ ਦੇ ਹੱਥਾਂ ਚੋਂ ਗੁਰੂ ਸਾਹਿਬ ਦੀ ਮਿਹਰ ਵਰਤਦੀ ਹੈ ਜੀ ਸੰਗਤ ਦਾ ਪੂਰਾ ਅਸਰ ਪੈਂਦਾ ਹੈ ਮਹਾਰਾਜ ਜੀ ਦੇ ਲਾਗੇ ਬੈਠੇ ਨੇ ਮਹਾਰਾ ਨੇ ਲੱਤ ਤੇ ਹੱਥ ਫੇਰਿਆ ਪੀੜ ਦੂਰ ਕਰ ਦਿੱਤੀ ਦੀ ਫੋੜ ਦੇਖੋ ਪੋਥੀਆਂ ਲੈਣ ਵਿੱਚ ਕਿੰਨਿਆਂ ਦਾ ਭਲਾ ਛਪਿਆ ਜੀ ਕਿੰਨੀਆਂ ਸੰਗਤਾਂ ਨੇ ਰਸਤੇ 'ਚ ਦਰਸ਼ਨ ਕੀਤੇ ਜੀ ਬਾਬਾ ਮੋਹਨ ਜੀ ਦਾ ਭਲਾ ਹੋਇਆ ਜੀ ਹਾਂਜੀ ਜਿੱਥੇ ਬਾਬਾ ਮੋਹਨ ਜੀ ਦਾ ਭਲਾ ਹੋਇਆ ਉੱਥੇ ਬਾਬੇ ਦਾਤੂ ਜੀ ਦਾ ਵੀ ਭਲਾ ਹੋਇਆ ਜੀ ਵਿੱਦ ਲਿਖੀ ਆ ਸਮਾਂ ਲਿਖਿਆ ਉਸ ਸਮੇਂ ਅਨੁਸਾਰ ਭਲਾ ਹੋਇਆ ਜੀ ਹਾਂਜੀ ਜਿਰੰਕਾਰ ਕੀ ਪੀਰ ਬੱਡ ਸ਼ਿਨ ਬਿਨੈ ਨਿਵਾਰੀ ਫਿਰ ਪੜੋ ਜਿਰੰਕਾਰ ਕੀ ਪੀਰ ਬੱਡ ਸ਼ਿਨ ਬਿਖੈ ਨਿਵਾਰੀ ਬੜੇ ਚਿਰ ਦੀ ਪੀੜ ਬਹੁਤ ਚਿਰ ਦਾ ਦੁੱਖ ਇੱਕ ਖਿੰਨ ਵਿੱਚ ਸਤਿਗੁਰੂ ਜੀ ਨੇ ਦੂਰ ਕਰ ਦਿੱਤਾ ਜੀ ਗੱਜ ਕੇ ਆਖੋ ਵਾਹਿਗੁਰੂ ਇੱਕ ਖਿੰਨ ਚ ਮਹਾਰਾਜ ਨੇ ਦੂਰ ਕੀਤਾ ਇੱਕ ਖਿੰਨ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਐਸਾ ਹੈ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਾਂਜੀ ਮਨ ਪ੍ਰਸੰਨ ਦਾ ਤੂ ਪਇਓ ਮਹਿਮਾ ਔਰ ਧਾਰੀ ਤੇ ਸਾਥ ਸੰਗਤ ਜਦੋਂ ਬਾਬਾ ਦਾਤੂ ਜੀ ਨੇ ਵੇਖਿਆ ਵੀ ਦਰਦ ਤੇ ਲੱਭਦੀ ਨਹੀਂ ਕਿੱਥੇ ਗਈ ਐ ਬਾਬਾ ਦਾਤੂ ਜੀ ਬਹੁਤ ਪ੍ਰਸੰਨ ਹੋਏ ਜੀ ਬਹੁਤ ਪ੍ਰਸੰਨ ਹੋਏ ਮਾਨਵੇ ਚ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਨੂੰ ਸਮਝਿਆ ਜੀ ਬਹੁਤ ਵੱਡੀ ਮਹਿਮਾ ਸੱਚੇ ਪਾਤਸ਼ਾਹ ਜੀ ਦੀ ਜੀ ਕਹਤੇ ਸੁਨਤ ਪ੍ਰਸੰਗ ਕੋ ਸੂਰਜ ਅਸਤਾਯੋ ਬਸ ਫਿਰ ਕੀ ਸੀਗਾ ਜੀ ਬਾਬਾ ਦਾਤੂ ਜੀ ਤੇ ਮਹਾਰਾਜ ਜੀ ਨੂੰ ਧੰਨ ਤਾਂ ਨਹੀਂ ਕਹਿਣ ਲੱਗੇ ਮਹਾਰਾਜ ਮੇਰੇ ਤੇ ਬੜੀ ਕਿਰਪਾ ਕੀਤੀ ਮੇਰੇ ਤੇ ਬੜੀ ਕਿਰਪਾ ਕੀਤੀ ਸਾਧ ਸੰਗਤ ਜੀ ਇਹ ਸਤਿਗੁਰੂ ਨੇ ਇਹ ਮਾਲਕ ਨੇ ਇਹਨਾਂ ਦੇ ਪ੍ਰਤਾਪ ਬੜੇ ਵੱਡੇ ਨੇ ਜੀ ਨਿੰਮ ਦਾ ਸੁਭਾਅ ਹੈਗਾ ਜੀ ਕੌੜੇ ਹੋਣਾ ਜੀ ਤੁਹਾਨੂੰ ਸਭ ਨੂੰ ਪਤਾ ਨਿੰਮ ਕੌੜੀ ਹੈ ਜੀ ਪਟਿਆਲੇ ਜ਼ਿਲ੍ਹੇ ਵਿੱਚ ਪਿੰਡ ਹੈਗਾ ਕਾਕੜਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਸ ਨਿੰਮ ਦੇ ਹੇਠਾਂ ਬੈਠੇ ਕੁਝ ਸਮਾਂ ਮਹਾਰਾਜ ਬੈਠੇ ਰਹੇ ਨੀਮੀ ਮਿੱਠੀ ਹੋ ਗਈ ਜੀ ਗੱਜ ਕੇ ਆਖੋ ਵਾਹਿਗੁਰੂ ਅੱਜ ਵੀ ਉਹ ਮਿੱਠੀ ਹੈਗੀ ਜੀ ਉੱਥੇ ਜੀ ਅੱਜ ਵੀ ਉਹ ਮਿੱਠੀ ਹੈ ਇਸ ਸਤਿਗੁਰੂ ਨੇ ਕੋਈ ਛੋਟੀ ਤਾਕਤ ਥੋੜੀ ਐ ਬਾਬਾ ਜੀ ਮਹਾਰਾਜ ਦੀ ਬਹੁਤ ਸਿਫਤ ਕਰਨ ਵਡਿਆਈ ਕਰਨ ਕਰਦਿਆਂ ਕਰਦਿਆਂ ਸਾਧ ਸੰਗਤ ਦੀ ਸੂਰਜ ਡੁੱਬ ਗਿਆ ਸ਼ਾਮ ਦਾ ਸਮਾਂ ਹੋ ਗਿਆ ਹਾਂਜੀ ਨਾਨਾ ਬਿੰਜਨ ਤਿਆਰ ਕਰ ਸ੍ਰੀ ਗੁਰ ਅਚਵਾਇਓ ਫਿਰ ਕੀ ਸੀ ਰਾਤ ਉਥੇ ਰਹਿਣਾ ਸੀ ਮਹਾਰਾਜ ਨੇ ਤੇ ਫਿਰ ਨਾ ਕਈ ਪਦਾਰਥ ਬਣਾ ਕੇ ਬਾਬਾ ਦਾਤੂ ਜੀ ਹੁਣ ਮਹਾਰਾਜ ਨੂੰ ਸ਼ਿਕਾਇਤ ਜੀ ਅੱਜ ਬڑے ਸਮੇਂ ਤੋਂ ਬਾਅਦ ਬਾਬਾ ਦਾਤੂ ਜੀ ਨੂੰ ਆਪਣੇ ਆਪ ਨੂੰ ਹੌਲਾਪਨ ਮਹਿਸੂਸ ਹੋਇਆ ਜੀ ਵੀ ਮੈਂ ਹੌਲਾ ਜੀ ਉਹ ਜਿਹੜਾ ਗੁਰੂ ਦੇ ਬੇਧਬੀ ਦਾ ਫਲ ਮਿਲਿਆ ਸੀ ਨਾ ਜੀ ਉਹ ਅੱਜ ਦੂਰ ਹੋਇਆ ਜੀ ਇਹਨਾਂ ਦਾ ਜੀ ਹਾਂਜੀ ਭਗਤ ਬਿਬੇਕ ਬਿਗਿਆਨ ਕੀ ਚਰਚਾ ਬਹੁ ਗੀਨੀ ਪ੍ਰਸ਼ਾਦਾ ਪਾਣੀ ਸ਼ਕਿਆ ਸਭ ਨੇ ਪ੍ਰਸ਼ਾਦਾ ਛੱਕ ਕੇ ਫਿਰ ਭਗਤੀ ਦੀ ਵਿਚਾਰ ਕੀਤੀ ਜੀ ਗਿਆਨ ਦੀ ਵਿਚਾਰ ਕੀਤੀ ਜੀ ਹਾਂਜੀ ਨਾਸ਼ਵੰਤ ਦ੍ਰਿਸ਼ਮਾਨ ਸਭ ਸਤਾ ਸਤ ਚੀਨੀ ਮਹਾਰਾਜ ਬੈਠੇ ਨੇ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਖਡੂਰ ਸਾਹਿਬ ਪ੍ਰੇਮੀ ਸਿੱਖ ਮਹਾਰਾਜ ਜੀ ਦੇ ਕੋਲ ਆਏ ਸੱਚੇ ਪਾਤਸ਼ਾਹ ਕੋਈ ਵੇਲਾ ਸੀ ਗੁਰੂ ਅੰਗਦ ਦੇਵ ਮਹਾਰਾਜ ਹੰਜ ਬੈਠਦੇ ਸਨ ਮਹਾਰਾਜ ਆ ਜਾ ਪਾਏਓ ਸਾਡੇ ਤੇ ਕਿਰਪਾ ਕਰੋ ਉਪਦੇਸ਼ ਦਿਓ ਤੇ ਮਹਾਰਾਜ ਨੇ ਫਿਰ ਉਪਦੇਸ਼ ਕੀ ਦਿੱਤਾ ਭਾਈ ਪਿਆਰਿਓ ਇੱਕ ਦਿਨ ਸਭ ਕੁਝ ਨਾਸ਼ ਹੋ ਜਾਣਾ ਕਹਿਣ ਲੱਗੇ ਸਭ ਕੁਝ ਨਾਸ਼ ਹੋ ਜਾਣਾ ਜੋ ਦਿਸ ਰਿਹਾ ਸਭ ਨਾਸ਼ ਹੋ ਜਾਣਾ ਹਾਂਜੀ ਸਾਰ ਅਸਾਰ ਵਿਚਾਰ ਕਰ ਨਿਸ਼ਚੈ ਠਹਿਰਾਇਓ ਇਸ ਕਰਕੇ ਸਿੱਖ ਨੂੰ ਚਾਹੀਦਾ ਹੈ ਇਹ ਵਿਚਾਰ ਕਰਨੇ ਵੀ ਉਸ ਵਸਤੂ ਨਾਲ ਪਿਆਰ ਪਾਉਣਾ ਜਿਹਨੇ ਸਦਾ ਹੀ ਰਹਿਣਾ ਹੈ ਜੀ ਸਦਾ ਕੌਣ ਰਹਿੰਦਾ ਹੈ ਸ੍ਰੀ ਵਾਹਿਗੁਰੂ ਤੇ ਪਰਮੇਸ਼ਰ ਦਾ ਨਾਮ ਮਹਾਰਾਜ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਸੰਗਤ ਜੀਏ ਦਿੱਤਾ ਉਪਦੇਸ਼ ਜਿਵੇਂ ਵੱਡੇ ਵੱਡੇ ਰੇ ਨਹੀਂ ਰਹੇ ਅਸੀਂ ਵੀ ਨਹੀਂ ਰਹਿਣਾ ਇਸ ਕਰਕੇ ਜਿੰਨਾ ਸਮਾ ਸਰੀਰ ਹੈ ਬੰਦਾ ਵਾਹਿਗੁਰੂ ਦਾ ਭਜਨ ਕਰੇ ਗੱਜ ਕੇ ਕਹੋ ਵਾਹਿਗੁਰੂ 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 ਹਾਂ ਜੀ ਪਾਰ ਬ੍ਰਹਮ ਪਰਮਾਤਮਾ ਪਰਪੰਚ ਸੁਹਾਇਓ ਪਾਰ ਬ੍ਰਹਮ ਜੋ ਪਰਮਾਤਮਾ ਹੈ ਉਸ ਵਾਹਿਗੁਰੂ ਨੇ ਖੇੜ ਫਲਾਈ ਸਾਰੀ ਦੀਏ ਕੋਈ ਇਧਰ ਭੱਜਾ ਫਿਰਦਾ ਹੈ ਕੋਈ ਇਧਰ ਭੱਜਾ ਫਿਰਦਾ ਹੈ ਤੇ ਖੇੜ ਹੀ ਹੈ ਨਾ ਤੇ ਸੰਗਤ ਜੀ ਜਦੋਂ ਇਹ ਕੁਝ ਵੀ ਨਹੀਂ ਹੋਣਾ ਪਰਮੇਸ਼ਰ ਨੇ ਉਦੋਂ ਵੀ ਰਹਿਣਾ ਹੈ ਜੀ ਹਾਂ ਜੀ ਸੋਠ ਪਰਯੰਕ ਪੁਨ ਸੁਪਤ ਭੇ ਸ੍ਰੀ ਅਰਜਨ ਨਾਥਾ ਫਿਰ ਮਹਾਰਾਜ ਗਰੀਬ ਨਿਵਾਜ ਆਰਾਮ ਕਰਨ ਲੱਗ ਪਏ ਉਸ ਰਾਤ ਸੰਗਤਾਂ ਨੇ ਸਫਲੀ ਰਾਤ ਕੀਤੀ ਜੀ ਮਹਾਰਾਜੀ ਦੇ ਦਰਸ਼ਨ ਕੀਤੇ ਮਹਾਰਾਜੀ ਦੇ ਮੁਖੋਂ ਬਚਨ ਸੁਣੇ ਭਾਗਾ ਵਾਲਾ ਸਮਝਿਆ ਆਪਣੇ ਆਪ ਨੂੰ ਮਸਾਂ ਤੇ ਜ਼ਿੰਦਗੀ ਚ ਇਹੋ ਜਿਹਾ ਮੌਕਾ ਬਣਦਾ ਸੰਗਤ ਜੀ ऐसे मौके किते रोज रोज ਬਣਦੇ ਆ ਜੀ ਸੰਗਤਾਂ ਨੇ ਖੂਬ ਲਾਭ ਲਿਆ ਲੰਗਰ ਵਰਤਿਆ ਫਿਰ ਆਰਾਮ ਕੀਤਾ ਮਹਾਰਾਜ ਨੇ ਜੀ ਜਾਮ ਜਾਮਨੀ ਤੇ ਜਗੇ ਸੁੱਚ ਕਰ ਜਲ ਸਾਥਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਫਿਰ ਜਾਗੇ ਜੀ ਜਦੋਂ ਮਹਾਰਾਜ ਜਾਗੇ ਆ ਸੱਚੇ ਪਾਤਸ਼ਾਹ ਨੇ ਸੋਚ ਇਸ਼ਨਾਨ ਕੀਤਾ ਜੀ ਅੰਮ੍ਰਿਤ ਵੇਲੇ ਤਾਰਿਆਂ ਦੀ ਲੋਏ ਲੋਏ ਹਾਂਜੀ ਪੁੰਨ ਦਾਸੂ ਕੇ ਦਰਸ ਕੋ ਗਮਨੇ ਤਿਸ ਡੇਰੇ ਫਿਰ ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ ਸਿੱਖੋ ਗੁਰੂ ਅੰਗਦ ਦੇਵ ਜੀ ਦੇ ਵੱਡੇ ਪੁੱਤਰ ਗੱਜ ਕੇ ਆਖੋ ਵਾਹਿਗੁਰੂ ਗੱਜ ਕੇ ਮਹਾਰਾਜ ਦੇ ਵੱਡੇ ਪੁੱਤਰ ਬਾਬਾ ਦਾਸੂ ਜੀ ਉਹ ਵੀ ਐਸੇ ਨਗਰ ਵਿੱਚ ਰਹਿੰਦੇ ਨੇ ਬਾਬਾ ਦਾਸੂ ਜੀ ਦੇ ਵੀ ਦਰਸ਼ਨ ਕਰ ਚੁੱਕੇ ਜੀ ਤੇ ਮੈਂ ਗੁਰਮੁਖਾਂ ਪਾਸੋਂ ਸਰਵਣ ਕੀਤਾ ਸਾਧ ਸੰਗਤ ਜੀ ਬਾਬਾ ਦਾਸੂ ਜੀ ਨੇ ਵੀ ਗੱਦੀ ਲਾ ਲਈ ਸੀ ਜੀ ਵੀ ਮੈਂ ਵੀ ਗੁਰੂ ਆ ਜਦੋਂ ਗੱਦੀ ਲਾ ਲਈ ਭਜਨ ਬੰਦਗੀ ਵਾਲੇ ਸਨ ਪਰਮੇਸ਼ਰ ਨੇ ਉਹਨਾਂ ਨੂੰ ਸਮਝਾਉਣਾ ਸੀਗਾ ਤੇ ਬਾਬਾ ਦਾਸੂ ਜੀ ਦਾ ਜਿਹੜਾ ਮੁਖ ਸੀ ਨਾ ਜੀ ਇਹ ਮੁੜ ਗਿਆ ਸੀਗਾ ਜੀ ਭਾਰ ਹੁੰਦਾ ਹੈ ਨਾ ਇਹਨਾਂ ਚੀਜ਼ਾਂ ਦਾ ਮੁਖ ਮੁੜ ਗਿਆ ਤੇ ਮਾਤਾ ਖੀਵੀ ਜੀ ਬਾਬਾ ਦਾਸੂ ਜੀ ਨੂੰ ਨਾਲ ਲੈ ਕੇ ਗੁਰੂ ਅਮਰਦਾਸ ਜੀ ਦੇ ਕੋਲ ਗੋਇੰਦਵਾਲ ਸਾਹਿਬ ਆਏ ਜੀ ਗੁਰੂ ਅਮਰਦਾਸ ਜੀ ਨੂੰ ਜਦੋਂ ਪਤਾ ਲੱਗਾ ਨਾ ਮਾਤਾ ਖੀਵੀ ਜੀ ਆਏ ਆ ਮਹਾਰਾਜ ਉਹ ਠਕੇ ਅੱਗਲ ਵਾਂਢੀ ਗਏ ਗੁਰੂ ਅਮਰਦਾਸ ਸਾਹਿਬ ਕਹਿੰਦੇ ਮਾਤਾ ਜੀ ਤੁਸੀਂ ਕਿਉਂ ਆਏ ਕਹਿਣ ਲੱਗੇ ਮੈਨੂੰ ਹੁਕਮ ਕਰਦੇ ਮੈਂ ਤੁਹਾਡਾ ਸੇਵਾਦਾਰ ਆ ਮੈਂ ਆਉਣਾ ਸੀ ਤੁਹਾਡੇ ਕੋਲ ਉਮਰ ਦਾ ਬਹੁਤ ਫਰਕ ਹੈ ਜੀ ਘੱਟੋ ਘੱਟ ਨਹੀਂ ਤੇ 40 ਤੋਂ 45 ਸਾਲ ਦਾ ਉਮਰ 'ਚ ਫਰਕ ਹੈ ਜੀ ਮਾਤਾ ਖੀਵੀ ਜੀ ਉਮਰ 'ਚ ਛੋਟੇ ਨੇ ਜੀ ਮੈਨੂੰ ਹੁਕਮ ਕਰਦੇ ਕਹਿੰਦੇ ਮੈਂ ਤੁਹਾਡੇ ਕੋਲ ਹਾਂ ਦਾ ਮੈਂ ਸੇਵਾਦਾਰ ਆ ਫਿਰ ਮਾਤਾ ਜੀ ਨੇ ਬਾਬਾ ਦਾਸੂ ਜੀ ਨੂੰ ਨਾਲ ਲੈ ਕੇ ਕਹਿਣ ਲੱਗੇ ਤੁਹਾਡਾ ਛੋਟਾ ਭਰਾ ਹੈ ਇਹਦੇ ਕੋਲੋਂ ਗਲਤੀ ਹੋ ਗਈ ਬਖਸ਼ ਲਓ ਗੁਰੂ ਅਮਰਦਾਸ ਜੀ ਨੇ ਮੁੱਖ ਤੇ ਹੱਥ ਲਾਇਆ ਮੁੱਖ ਠੀਕ ਹੋ ਗਿਆ ਸੀਗਾ ਜੀ ਗੱਜ ਕੇ ਆਖੋ ਵਾਹਿਗੁਰੂ ਉਸ ਦਿਨ ਤੋਂ ਬਾਅਦ ਫਿਰ ਬਾਬਾ ਦਾਸੂ ਜੀ ਨੇ ਖੂਬ ਭਜਨ ਕੀਤਾ ਨਾਮ ਜਪਿਆ ਸੇਵਾ ਸਿਮਰਨ ਚ ਸਮਾ ਲਾਇਆ ਜੀ ਤੇ ਬਾਬਾ ਦਾਸੂ ਜੀ ਕਿਸੇ ਨੂੰ ਮਿਲਦਾ ਹੀ ਨਹੀਂ ਸੀ ਹੁੰਦੇ ਜੀ ਕਿਸ ਹਨ ਨੂੰ ਨਹੀਂ ਸੀ ਮਿਲਦੇ ਆਪਣੀ ਜਗ੍ਹਾ ਤੇ ਇਕਾਂਤ ਬੈਠ ਕੇ ਭਜਨ ਕਰਦੇ ਸਨ ਜੀ ਤੋ ਸੇ ਕਹੋਗੇ ਅੰਝ ਹੋ ਜਾਂਦਾ ਹੋ ਜਾਂਦਾ ਅਸੀਂ ਅੱਜ ਹੀ ਦਰਸ਼ਨ ਕਰਕੇ ਆਏ ਆ ਜੀ ਸ੍ਰੀ ਅਨੰਦਪੁਰ ਸਾਹਿਬ ਭਾਈ ਅਨੰਦ ਲਾਲ ਜੀ ਦੇ ਨਾਮ ਦਾ ਸਕੂਲ ਬਣਿਆ ਜੀ ਉਸ ਸਕੂਲ ਦੇ ਵਿੱਚ ਅੱਜ ਵੀ ਛੰਨ ਸੰਭ ਕੇ ਰੱਖੀ ਹੈ 2018 ਵਿੱਚ ਸੰਤ ਗਿਆਨੀ ਮੋਹਨ ਸਿੰਘ ਦੇ ਭਰਾ ਜਥੇਦਾਰ ਬਾਬਾ ਸੰਤਾ ਸਿੰਘ ਜੀ ਉਹਨਾਂ ساری ਉਮਰ ਉਸ ਛੰਨ 'ਚ ਕੱਟੀ ਦੀ ساری ਉਮਰ ਦੀ ਭਜਨ ਕੀਤਾ ਜੀ ਤੁਸੀਂ ਉਸ ਛੰਨ 'ਚ ਬਹਿ ਕੇ ਵੇਖ ਲਓ ਤੁਹਾਨੂੰ ਪਤਾ ਲੱਗ ਜਾਊ ਕਿ ਸਿਮਰਨ ਕੀ ਹੁੰਦਾ ਹੈ ਜੀ ਕਿਸੇ ਨਾ ਵਾਹ ਹੀ ਨਹੀਂ ਰੱਖਿਆ ਜੀ ਉਹਨਾਂ ਨੇ ਜੀ ਬਾਬਾ ਦਾਸੂ ਜੀ ਨੇ ਕਿਸੇ ਨਾ ਵਾਹ ਨਹੀਂ ਸੀ ਰੱਖਿਆ ਜੀ ਭਜਨੀ ਕਰਦੇ ਸਨ ਆਪਣੇ ਘਰ 'ਚ ਬੈਠ ਕੇ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਸਿੱਖੋ ਚਲੋ ਬਾਬੇ ਦਸੂ ਦੇ ਦਰਸ਼ਨ ਕਰ ਆਈਏ ਕਹਿਣ ਲੱਗੇ ਹਾਂਜੀ ਲੱਗੀ ਸਮਾਧ ਆਗਾਧ ਹੀ ਬਿਨ ਸਾਧ ਬਡੇਰੇ ਜਦੋਂ ਮਹਾਰਾਜ ਗਏ ਆ ਬਾਬਾ ਜੀ ਦੀ ਸਮਾਧੀ ਲੱਗੀ ਹੋਈ ਸੀਗੀ ਜੀ ਬਹੁਤ ਅਗਾਧ ਬੋਧ ਪਰਮੇਸ਼ਰ ਦੇ ਨਾਮ 'ਚ ਜੁੜੇ ਹੋਏ ਸਨ ਜੀ ਹਾਂਜੀ ਮ੍ਰਿਤਿ ਅਖੰਡ ਨਿਸ਼ਚਲ ਟਿਕੇ ਕੋਠੇ ਸੁਭ ਮਾਹੀ ਆਪਣੇ ਉਸ ਅਸਥਾਨ ਤੇ ਬੈਠੇ ਕੋਠੇ ਅੰਦਰ ਜੀ ਬਿਰਤੀ ਟਿਕੀ ਹੋਈ ਹੈ ਸਰੀਰ ਹਿੱਲ ਨਹੀਂ ਰਿਹਾ ਜੀ ਹਾਂਜੀ ਕੀਨ ਉਥਾਨ ਹਿਲਾਏ ਕੈ ਕਰ ਜਤਨ ਸੋ ਤਾਹੀ ਗੱਜ ਕੇ ਅੱਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਪਤਾ ਕੀ ਕੀਤਾ ਜੀ ਗੋਡੇ ਤੋਂ ਫੜ ਕੇ ਬਾਬਾ ਦਾਸੋ ਜੀ ਨੂੰ ਹਲਾਇਆ ਜੀ ਬਾਬਾ ਜੀ ਦਾ ਦਾੜਾ ਚਿੱਟਾ ਹੋਇਆ ਪਿਆ ਜੀ ਸਰੀਰ ਵੱਡਾ ਤੇ ਮਾਰ ਨੇ ਗੋਡੇ ਤੋਂ ਫੜ ਕੇ ਹਲਾਇਆ ਜੀ ਹਾਂਜੀ ਬਿਕਸੇ ਕਮਲ ਬਿलोਚਨੇ ਹਾਲੀ ਮੁਖ ਜੀਹਾ ਤੇ ਬਾਬਾ ਜੀ ਨੇ ਬੜੀ ਸਾਜੇ 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 ਨੇਤਰ ਖੋਲੇ ਜੀ ਆਪਣੇ ਜੀ ਹਾਂਜੀ ਸ੍ਰੀ ਅਰਜਨ ਚਰਨੀ ਪਰੇ ਬੇਨਤੀ ਕਰਦੀ ਹਾ ਤੇ ਬਸ ਫਿਰ ਕੀ ਸੀਗਾ ਜਦੋਂ ਉਹ ਬਾਬਾ ਜੀ ਨੇ ਨੇਤਰ ਖੋਲੇ ਗੁਰੂ ਅਰਜਨ ਦੇਵ ਮਾਰ ਨੇ ਮੱਥਾ ਟੇਕਦਾ ਬਾਬਾ ਜੀ ਨੂੰ ਜੀ ਕਿੰਨੇ ਨਿਮਰਤਾ ਜੀ ਹਾਂਜੀ ਦਾਸੂ ਨੇ ਦੇਖੇ ਜਬੈ ਕਰ ਬੰਦ ਅਗਾਰੀ ਤੇ ਜਦੋਂ ਬਾਬਾ ਦਾਸੂ ਜੀ ਨੇ ਦੇਖਿਆ ਵੀ ਇਹ ਤੇ ਗੁਰੂ ਅਰਜਨ ਦੇਵ ਜੀ ਨੇ ਉਸੇ ਵੇਲੇ ਸਾਵਧਾਨ ਹੋਏ ਜੀ ਉੱਠ ਗਏ ਜੀ ਉਸੇ ਵੇਲੇ ਹੱਥ ਜੋੜ ਲਏ ਜੀ ਨਮਸਕਾਰ ਕੀਤੀ ਤੁਸੀਂ ਵੀ ਕਰੋ ਨਮਸਕਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾ ਬੰਦੇ ਪਰ ਅਰਬਿੰਦ ਮ੍ਰਿਧੁਲ ਮੁਖ ਗिरा ਉਚਾਰੀ ਬੰਦੇ ਪਦ ਅਰਬਿੰਦ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਬਾਬਾ ਜੀ ਨੇ ਜੀ ਮ੍ਰਿਧੁ ਮੁਖ ਗिरा ਉਚਾਰੀ ਤੇ ਮੁਖ ਮਿੱਠੇ ਬੋਲ ਬੋਲੇ ਬਾਬਾ ਜੀ ਨੇ ਜੀ ਹਾਂ ਜੀ ਵਿੱਚ ਸਮਾਧ ਕੇ ਧਿਆਨ ਜਿਹ ਮੈਂ ਨਿਤਪਿਤ ਠਾਟਨਾ ਤੇ ਲਾਗੇ ਹੋਰ ਵੀ ਸਿੱਖ ਸੇਵਕ ਬੈਠੇ ਸਨ ਜੀ ਸੰਗਤਾਂ ਆਈਆਂ ਜੀ ਹੁਣ ਬਾਬਾ ਦਾਸੂ ਜੀ ਦੇ ਬਚਨ ਬੜੇ ਧਿਆਨ ਨਾਲ ਸੁਣਿਆ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਬਾਬਾ ਦਾਸੂ ਜੀ ਕਹਿਣ ਲੱਗੇ ਜਿਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਸਮਾਧੀ ਵਿੱਚ ਬੈਠ ਕੇ ਮੈਂ ਕਰਦਾ ਹਾਂ ਸੋ ਸਰੂਪ ਤੁਮ ਹੀ ਆਹੋ ਮਹਦੇ ਮਹੀਾਨਾ ਜਿਸ ਪਰਮੇਸ਼ਰ ਦੇ ਦਰਸ਼ਨ ਮੈਂ ਸਮਾਧੀ ਚ ਬੈਠ ਕੇ ਕਰਦਾ ਮਹਾਰਾਜ ਉਹ ਤੁਹਾਡਾ ਹੀ ਰੂਪ ਨੇ ਜਾ ਇਉਂ ਕਹੀਏ ਵੀ ਤੁਸੀਂ ਉਹਨਾਂ ਦਾ ਰੂਪ ਹੋ ਅੱਜ ਕਹਿਣ ਲੱਗੇ ਜਿਵੇਂ ਮੈਂ ਭਗਤੀ ਕਰਦਾ ਉਹ ਸੱਚੇ ਪਾਤਸ਼ਾਹ ਆਪ ਚੱਲ ਕੇ ਮੇਰੇ ਕੋਲ ਆ ਗਏ ਹਨ ਮੇਰੇ ਤੇ ਕਿਰਪਾ ਕਰਨ ਆ ਗਏ ਹਨ ਹਾਂਜੀ ਸ੍ਰੀ ਨਾਨਕ ਅਵਤਾਰ ਹੋ ਇੱਕ ਜੋਤ ਬਿਰਾਜੇ ਬਾਬਾ ਦਾਸੂ ਜੀ ਨੇ ਧੰ ਗੁਰੂ ਨਾਨਕ ਸਾਹਿਬ ਜੀ ਦੇ ਵੀ ਦਰਸ਼ਨ ਕੀਤੇ ਨੇ ਜੀ ਪ੍ਰਾਣਾ ਸਰੀਰ ਹੈ ਤੇ ਬਾਬਾ ਦਾਸੂ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਤੁਹਾਡੇ ਚੋਂ ਪ੍ਰਤੱਖ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਨੇ ਇੱਕੋ ਹੀ ਜੋਤੋ ਮਹਾਰਾਜ ਹੈ ਹਾਂਜੀ ਕਲ ਮਹਿ ਨਰਨ ਉਦਾਰ ਹਿਤ ਨਿਜ ਤਨ ਉਪਰਾਜੀ ਜਿਨ੍ਹਾਂ ਨੇ ਕਲ ਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਸਰੀਰ ਤਾਰਨ ਕੀਤਾ ਸੀਗਾ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਤੁਸੀਂ ਹੋ ਹਾਂਜੀ ਸ਼੍ਰੀ ਗੁਰ ਕਹੈ ਤੁਮ ਹੋ ਤੁਮ ਬਹੁ ਬਡੇ ਹਮ ਬਾਲ ਤੇ ਹਾਰੇ ਵਾਹਿਗੁਰੂ ਵਾਹਿਗੁਰੂ ਮਹਾਰਾਜ ਸੱਤੇ ਪਾਸ਼ਾ ਬਾਬਾ ਦਾਸੂ ਜੀ ਨੂੰ ਕਹਿੰਦੇ ਬਾਬਾ ਜੀ ਤੁਸੀਂ ਵੱਡੇ ਹੋ ਅਸੀਂ ਤੇ ਤੁਹਾਡੇ ਬੱਚਿਆਂ ਗਏ ਕਹਿਣ ਲੱਗੇ ਕਿੰਨੇ ਨਿਮਰਤਾ ਜੀ ਹਾਂਜੀ ਕਿਰਪਾ ਦ੍ਰਿਸ਼ਟ ਦੇਖਤ ਰਹੋ ਦੁੱਖ ਕਟਨ ਹਾਰੇ ਤੁਸੀਂ ਪਰਮੇਸ਼ਰ ਦਾ ਨਾਮ ਜਪਦੇ ਹੋ ਮਿਹਰ ਦੀ ਦ੍ਰਿਸ਼ਟੀ ਨਾਲ ਸਾਡੇ ਵੱਲ ਵੇਖੋ ਜੀ ਦੋ ਮਿੱਠੇ ਬੋਲ ਬੋਲ ਕੇ ਬੰਦੇ ਨੂੰ ਸਾਧ ਸੰਗਤ ਜੀ ਆਪ ਵੀ ਸਕੂਨ ਮਿਲੇਗਾ ਸੁਣਨ ਵਾਲੇ ਨੂੰ ਵੀ ਸਕੂਨ ਮਿਲੇਗਾ ਜੀ ਪਰ ਈਰਖਾ ਦਾ ਭਰਿਆ ਆ ਬੰਦਾ ਜਦੋਂ ਬੋਲਦਾ ਛੜਿਆ ਹੀ ਬੋਲਦਾ ਜੀ ਹਾਂਜੀ ਮਹਾਰਾਜ ਕਿੰਨੀ ਨਿਮਰਤਾ ਵਿੱਚ ਪ੍ਰੇਮ ਨਾਲ ਬੋਲ ਰਹੇ ਨੇ ਜੀ ਹਾਂਜੀ ਇੱਕ ਰਸ ਬ੍ਰਿਤੀ ਅਖੰਡ ਸ਼ੁਭ ਚਿਰਕਾਲ ਟਿਕਾਈ ਮਹਾਰਾਜ ਕਹਿਣ ਲੱਗੇ ਤੁਸੀਂ ਧਨੋ ਇੱਕ ਰਸ ਬਿਰਤੀ ਕਿੰਨੇ ਚਿਰ ਦੀ ਤੁਸੀਂ ਟਿਕਾਈ ਹੋਈ ਕਹਿਣ ਲੱਗੇ ਹਾਂਜੀ ਸਰਬ ਭਾਂਤ ਸਮਰੱਥ ਬੜੇ ਸਭ ਸ਼ਕਤੀ ਪਾਈ ਤੇ ਇਹੋ ਜੀ ਗੱਲ ਨਹੀਂ ਹੈ ਬਾਬਾ ਦਾਸੂ ਜੀ ਕੋਲ ਸ਼ਕਤੀਆਂ ਵੀ ਬੜੀਆਂ ਆ ਗਈਆਂ ਸਨ ਜੀ ਸਮਰੱਥਾ ਵੀ ਆਈ ਸੀਗੀ ਜੀ ਕੋਈ 4-5 ਸਾਲ ਇਮਾਨਦਾਰੀ ਨਾਲ ਲਾ ਲੇ ਔਰ ਇਹ ਕੋ ਤਾਕਤਾਂ ਆ ਜਾਂਦੀਆਂ ਨੇ ਇਹਨਾਂ ਨੂੰ ਤੇ ਕਈ ਸਾਲ ਹੋ ਗਏ ਸੀਗੇ ਬੈਠਿਆ ਜੀ ਮਹਾਰਾਜ ਕਹਿਣ ਲੱਗੇ ਬਾਬਾ ਜੀ ਫਿਰ ਤੁਹਾਡੇ ਕੋਲ ਸ਼ਕਤੀਆਂ ਬਹੁਤ ਆ ਗਈਆਂ ਕਹਿਣ ਲੱਗੇ ਤਾਕਤਾਂ ਆ ਗਈਆਂ ਸਮਰੱਥਾ ਆ ਗਈ ਹੈ ਹਾਂ ਜਹੋ ਸੋ ਕਰੋ ਨਾ ਦੇਰ ਲੱਗ ਵਿੱਚ ਚੌਦਹ ਲੋਕਾ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਪਿਆਰ ਨਾਲ ਕਹੋ ਧੰਨ ਧੰਨ ਬਾਬਾ ਦਾਸੂ ਜੀ ਧੰਨ ਧੰਨ ਬਾਬਾ ਦਾਸੂ ਜੀ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਹੈ ਮਹਾਰਾਜ ਕਹਿੰਦੇ ਬਾਬਾ ਜੀ ਇਸ ਸਮੇਂ ਤੁਹਾਡੀ ਸਮਰੱਥਾ ਇਹ ਹੈ ਜੋ ਚਾਓ ਉਹ ਕਰ ਸਕਦੇ ਤੇ 14 ਲੋਕਾਂ ਦੇ ਵਿੱਚ ਕਹਿਣ ਲੱਗੇ 14 ਲੋਕਾਂ 'ਚ ਜੋ ਚਾਓ ਤੁਸੀਂ ਹੁਣੇ ਕਰ ਸਕਦੇ ਹੋ ਤੁਹਾਡੇ ਕੋਲ ਤਾਕਤ ਹੈਗੀ ਕਹਿਣ ਲੱਗੇ ਪੁੱਤਰ ਕਿਦੇ ਨੇ ਫਿਰ ਇਹ ਦੀ ਧਨ ਗੁਰੂ ਅੰਗਦ ਦੇਵ ਮਹਾਰਾਜੀ ਦੇ ਦੀ ਨਹਿ ਆਗਿਆ ਕੇ ਫੇਰ ਹੀ ਚਹ ਦਰਸ ਬਿ ਲੋਕਾ ਕਹਿਣ ਲੱਗੇ ਤੁਹਾਡੀ ਆਗਿਆ ਤੇ ਕੋਈ ਵੀ ਨਹੀਂ ਮੋੜ ਸਕਦਾ ਤੁਸੀਂ ਬੈਠੇ ਪਰਮੇਸ਼ਰ ਦਾ ਭਜਨ ਕਰ ਰਹੇ ਹੋ ਤੁਹਾਡੀ ਆਗਿਆ ਕੋਈ ਨਹੀਂ ਮੋੜ ਸਕਦਾ ਤੁਹਾਡੇ ਦਰਸ਼ਨ ਕਰਨ ਦੀ ਤੇ ਸਾਡੀ ਆਪਣੀ ਇੱਛਾ ਸੀ ਕਹਿਣ ਲੱਗੇ ਤੁਹਾਡੇ ਤੇ ਦਰਸ਼ਨ ਕਰਨੇ ਚਾਹੀਦੇ ਸੰਗਤ ਜੀ ਮੌਕਾ ਮਿਲੇ ਇਸ ਜੀਵਨ ਵਿੱਚ ਜੇ ਆਪਣੀ ਬੰਦਗੀ ਹੋ ਸਕਦੀ ਤੇ ਬੰਦਾ ਬੰਦਗੀ ਕਰਨ ਵਾਲਿਆਂ ਦੇ ਦਰਸ਼ਨ ਕਰ ਲਏ ਜੀ ਤਾਂ ਵੀ ਭਲਾ ਹੋ ਜਾਂਦਾ ਜੀ ਤਬ ਦਾਸੂ ਨੇ ਬਚ ਕਹੇਉ ਪੁਰ ਹੋ ਮਮ ਆਸਾ ਹਣ ਬਾਬਾ ਦਾਸੂ ਜੀ ਅੱਗੋਂ ਹੋਰ ਨਿਮਰਤਾ ਵਾਲੇ ਨੇ ਜੀ ਬਾਬਾ ਦਾਸੂ ਜੀ ਮਹਾਰਾਜ ਨੂੰ ਅੱਗੋਂ ਬੇਨਤੀ ਕਰਨ ਲੱਗੇ ਹਾਂਜੀ ਚਿਰੰਕਾਲ ਕੋ ਤਨ ਤਜੇ ਇਸ ਚਹੋਂ ਨ ਬਾਸਾ ਸੱਚੇ ਪਾਤਸ਼ਾਹ ਕਾਫੀ ਧੀਰ ਤੋਂ ਮੈਂ ਆ ਸਰੀਰ ਛੱਡਣਾ ਚਾਹੁੰਨਾ ਉਮਰ ਵੱਡੀ ਹੋ ਗਈ ਨਾ ਜੀ ਗੱਦ ਕਿ ਆਖੋ ਵਾਹਿਗੁਰੂ ਮਰਾ ਦੇ ਮੈਂ ਸਰੀਰ ਛੱਡਣਾ ਚਾਹੁੰਦਾ ਹੁਣ ਸੰਸਾਰ ਚ ਰਹਿਣ ਨੂੰ ਜੀ ਨਹੀਂ ਕਰਦਾ ਜੀ ਤੇ ਚੇਤਾ ਰੱਖਿਓ ਸੰਸਾਰੀ ਬੰਦਾ ਨਹੀਂ ਕਿ ਕਹੇਗਾ ਵੀ ਮੈਂ ਮਰਨਾ ਚਾਹੁੰਦਾ ਹਾਂ ਜੀ ਇਹ ਸਭ ਤੇ ਪਿਆਰੇ ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਉਹ ਫਿਰ ਇਸ ਸਰੀਰ ਨਾਲ ਮੋਹ ਨਹੀਂ ਰੱਖਦੇ ਜੀ ਹਾਂਜੀ ਸ਼੍ਰੀ ਨਾਨਕ ਕੇ ਪਾਸ ਮੈਂ ਚਾਹਤ ਅਬ ਜਾਇਓ ਵਾਹ ਜੀ ਵਾਹ ਦਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਨੇ ਕਹਿਣ ਲੱਗੇ ਮਹਾਰਾਜ ਮੈਂ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹੀ ਜਾਣਾ ਚਾਹੁੰਦਾ ਕਹਿਣ ਲੱਗੇ ਹਾਂਜੀ ਆਪਣੋ ਬਾਕ ਪਨੀਜੀਏ ਹੋਏ ਮੁੱਝ ਮਨ ਭਾਇਓ ਤੇ ਇਹ ਤਾਂ ਹੋ ਸਕਦਾ ਜਦੋਂ ਮਹਾਰਾਜ ਤੁਸੀਂ ਬਚਨ ਕਰਦੇ ਹੋਗੇ ਮੈਨੂੰ ਪਤਾ ਹੈ ਜਦੋਂ ਤੁਸੀਂ ਬਚਨ ਕੀਤਾ ਮੇਰਾ ਸੌਖਾ ਹੀ ਸਰੀਰ ਛੁੱਟ ਜਾਣਾ ਹੈ ਹਾਂਜੀ ਸ਼੍ਰੀ ਗੁਰੂ ਬੋਲੇ ਹੋ へ ਇਮਕੇ ਤਿਕ ਦਿਨ ਮਾਹੀ ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਅੰਤਰਜਾਮੀ ਸਮਰੱਥ ਗੁਰੂ ਆਪ ਰੱਬ ਪਰਮੇਸ਼ਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ ਇਸੇ ਤਰ੍ਹਾਂ ਹੀ ਹੋਏਗਾ ਕਹਿਣ ਲੱਗੇ ਕੁਝ ਦਿਨ ਬਾਅਦ ਤੁਸੀਂ ਸਰੀਰ ਤਿਆਗ ਦੇਵੋਗੇ ਹਾਂ ਜਨ ਤਨ ਤਜ ਗਮਨ ਹੋ ਬੇਗਸੋਂ ਸ਼੍ਰੀ ਨਾਨਕ ਪਾਹੀ ਤੇ ਸਰੀਰ ਤੇ ਸਭ ਨਹੀਂ ਤਿਆਗਣਾ ਪਰ ਅਗਲਾ ਬਚਨ ਬੜੇ ਕਮਾਲ ਦਾ ਮਹਾਰਾਜ ਆਪਣੇ ਮੁਖੋਂ ਕਰਦੇ ਮਹਾਰਾਜ ਕਹਿੰਦੇ ਬਾਬਾ ਜੀ ਜਦੋਂ ਤੁਸੀਂ ਸਰੀਰ ਛੱਡੋਗੇ ਤੁਰੰਤ ਹੀ ਗੁਰੂ ਨਾਨਕ ਸਾਹਿਬ ਕੋਲ ਚਲ ਜਾਓਗੇ ਕਹਿਣ ਲੱਗੇ ਕਿਥੇ ਸਤਖੰਡ ਵਸੈ ਨਿਰੰਕਾਰ ਜਿੱਥੇ ਮਹਾਰਾਜ ਸਤਖੰਡ ਵਿੱਚ ਜੋਤ ਰੂਪ ਹੋਏ ਸੱਜੇ ਹਨ ਉੱਥੇ ਤੁਸੀਂ ਪਹੁੰਚ ਜਾਓਗੇ ਹਾਂਜੀ ਜਰ ਜਰਨ ਧੀਰਜ ਧਰਨ ਸ਼੍ਰੀ ਅੰਗਦ ਰੂਪਾ ਤੁਨ ਗੁਰੂ ਅੰਗਦ ਦੇਵ ਮਹਾਰਾਜ ਬਹੁਤ ਵੱਡੀ ਸ਼ਕਤੀ ਨੂੰ ਜਰ ਕੇ ਬੈਠੇ ਸਨ ਕਹਿਣ ਲੱਗੇ ਬਹੁਤ ਵੱਡੇ ਧੀਰਜ ਧਾਰੀ ਤੁਸੀਂ ਕਥਾ ਸੁਣੀ ਹੈ ਸ਼ਕਤੀਆਂ ਬਹੁਤ ਸਨ ਪਰ ਮਹਾਰਾਜ ਨੇ ਵਿਖਾਈਆਂ ਨਹੀਂ ਦੀ ਹਾਂਜੀ ਤੁਮ ਤਿੰਨ ਕੇ ਵੱਡ ਪੁੱਤਰ ਹੋ ਚਿਤ ਸ਼ਾਂਤ ਅਨੂਪਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਰੇ ਬਾਬਾ ਜੀ ਤੁਸੀਂ ਮੈਂ ਗੁਰੂ ਅੰਗਦ ਦੇਵ ਮਹਾਰਾਜ ਵੰਗੂ ਸ਼ਾਂਤੋਂ ਤੁਹਾਡੇ ਵਿੱਚ ਵੀ ਸ਼ਕਤੀਆਂ ਤੇ ਬਹੁਤ ਨੇ ਪਰ ਵਿਖਾਉਂਦੇ ਨਹੀਂ ਤੁਸੀਂ ਕਿਸੇ ਨੂੰ ਕਹਿਣ ਲੱਗੇ ਹਾਂਜੀ ਦਾਸ ਜਾਣ ਕਿਰਪਾ ਕਰੋ ਆਪਣੇ ਨਿਤ ਜਾਨੋ ਕਮਾਲ ਦੀ ਗੱਲ ਹੈ ਕਿੰਨੀ ਨਿਮਰਤਾ ਮਹਾਰਾਜ ਵਿੱਚ ਦੀ ਮਹਾਰਾਜ ਕਹਿੰਦੇ ਸਾਨੂੰ ਆਪਣਾ ਦਾਸ ਜਾਣ ਕੇ ਨਾ ਤੇ ਸਾਡੇ ਤੇ ਕਿਰਪਾ ਕਰਿਆ ਕਰੋ ਸਾਨੂੰ ਆਪਣੇ ਸਮਝਿਆ ਕਰੋ ਕਹਿਣ ਲੱਗੇ ਸੰਗਤ ਜੀ ਇਹਨਾਂ ਗੱਲਾਂ ਤੋਂ ਸਿੱਧ ਹੁੰਦਾ ਹੈ ਨਾਮ ਜਪਣ ਵਾਲਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੀ ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਤੇ ਆਪ ਪਰਮੇਸ਼ਰ ਨੇ ਪਰ ਮਹਾਰਾਜ ਕਰਕੇ ਵਿਖਾ ਰਹੇ ਨੇ ਸਾਨੂੰ ਹਾਂ ਜੀ ਸਿੱਖ ਸਿਖਾਵੋ ਸ਼ੁਭਮਤੀ ਜਿਮ ਪੰਥ ਮਹਾਨੋ ਤੇ ਸੰਗਤ ਜੀ ਅੱਗੋਂ ਫਿਰ ਬਾਬਾ ਜੀ ਵੀ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਮਹਾਰਾਜ ਤੁਸੀਂ ਸਾਨੂੰ ਆਪਣੇ ਬਣਾਇਓ ਦੇ ਬਾਬਾ ਦਾਸੂ ਜੀ ਮਹਾਰਾਜ ਸੱਤੇ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਕਿਰਪਾ ਕਰੋ ਮੈਨੂੰ ਸਿੱਖਿਆ ਦਿਓ ਸ਼ੁਭ ਮਹਾਰਾਜ ਇਸ ਰਸਤੇ ਤੇ ਮੈਂ ਤੁਰ ਸਕਾਂ ਪਰਮੇਸ਼ਰ ਦੇ ਰਸਤੇ ਤੇ ਹੁਣ ਧਿਆਨ ਨਾ ਸੁਣਦਾ ਕਿੰਨੀ ਪ੍ਰਾਪਤੀ ਬਾਬਾ ਦਾਸੂ ਜੀ ਨੂੰ ਹੋਈ ਹੈ ਜੀ ਹੋਈ ਹੈ ਨਾ ਜੀ ਸਮਾਧੀ ਲਗਦੇ ਭਜਨ ਕਰਦੇ ਖੁਦ ਗੁਰੂ ਸਾਹਿਬ ਉਹਨਾਂ ਦਾ ਸਤਿਕਾਰ ਕਰ ਰਹੇ ਨੇ ਪਰ ਫਿਰ ਵੀ ਅੱਗੋਂ ਬਾਬਾ ਦਾਸੂ ਜੀ ਮਹਾਰਾਜ ਨੂੰ ਕਹਿੰਦੇ ਮਾਰਾ ਮੈਨੂੰ ਸਿੱਖਿਆ ਦਿਓ ਇਸ ਰਸਤੇ ਤੇ ਤੁਰਾਂ ਕਿਵੇਂ ਇਹਦਾ ਭਾਵ ਸੰਗਤ ਜੀ ਇਹ ਹੈ ਬੰਦਾ ਪੁੱਛਦਾ ਹੀ ਰਵੇ ਜੀ ਪਰ ਤੁਰੇ ਵੀ ਜੀ ਕਈ ਤਾਂ ਨਿਹਰੇ ਫਿਰ ਇਹ ਗੱਲ ਸੁਣ ਕੇ ਪੁੱਛਦੇ ਹੀ ਆ ਤੁਰਦੇ ਨਹੀਂ ਹੈਗੇ ਜੀ ਬੰਦਾ ਤੁਰੇ ਵੀ ਤੇ ਭੈ ਦੇ ਨਾਲ ਪੁੱਛੇ ਵੀ ਜੀ ਹਾਂ ਏਮ ਕਹੈ ਠਾਨੀ ਨਮੋ ਪਦ ਪਰਕਰਮਾ ਦੀਨੀ ਇਹ ਕਹ ਕੇ ਗੁਰੂ ਸਾਹਿਬ ਨੇ ਬਾਬਾ ਦਾਸੂ ਜੀ ਦਾ ਸਤਿਕਾਰ ਕੀਤਾ ਬਾਬਾ ਦਾਸੂ ਜੀ ਨੇ ਮਹਾਰਾਜ ਨੂੰ ਨਮਸਕਾਰ ਕਰਕੇ ਪ੍ਰਕਰਮਾ ਕੀਤੀ ਜੀ ਹਾਂ ਅਪਰਪਨੀ ਬਹੁ ਬੇਨਤੀ ਮਹਿਮਾ ਬੜ ਚੀਨੀ ਹੋਰ ਬੇਨਤੀਆਂ ਕੀਤੀਆਂ ਜੀ ਵੱਡੀ ਮਹਿਮਾ ਹੋਈ ਬਚਨ ਕੀਤੇ ਵੀ ਪੋਥੀਆਂ ਲੈ ਕੇ ਜਾ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਨਾ ਉਰਤ ਚਲੋ ਗੁਰੂ ਸ਼ਬਦ ਨਹੀਂ ਸੀ ਵਰਤਦੇ ਵੀ ਗ੍ਰੰਥ ਸਾਹਿਬ ਤਿਆਰ ਕਰਨੇ ਹੈ ਹਾਂਜੀ ਆ ਇਸਲੇ ਨਿਕ ਸੇ ਸਦਨ ਭੇ ਚਲਬੇ ਤਜਾਰੂ ਮਹਾਰਾਜ ਉਥੋਂ ਬਾਬਾ ਦਾਸੂ ਜੀ ਕੋਲੋਂ ਆਗਿਆ ਲੈ ਕੇ ਚੱਲੇ ਨੇ ਅੱਗੇ ਚੱਲਣ ਦੀ ਤਿਆਰੀ ਕੀਤੀ ਜੀ ਹਾਂ ਜੀ ਤਬ ਦਾਤੂ ਕਰ ਜੋਰ ਕੈ ਇਮ ਬਾਕ ਉਚਾਰੂ ਤੇ ਫਿਰ ਬਾਬਾ ਦਾਤੂ ਜੀ ਨਾਲ ਹੀ ਸਨ ਮਹਾਰਾਜ ਬਾਬਾ ਦਾਸੂ ਜੀ ਦੇ ਛੋਟੇ ਭਰਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੰਜ ਕਹਿਣ ਲੱਗੇ ਜੀ ਹੱਥ ਜੋੜ ਕੇ ਸ੍ਰੀ ਅੰਮ੍ਰਿਤਸਰ ਸੰਮ ਲਖੋ ਬਸੀਐ ਇਸ ਥਾਨੂ ਸੱਚ ਸੱਚੇ ਪਾਤਸ਼ਾਹ ਤੁਸੀਂ ਅੰਮ੍ਰਿਤਸਰ ਬਣਾਇਆ ਮਹਾਰਾਜ ਕਿਰਪਾ ਕਰੋ ਇਸ ਜਗ੍ਹਾ ਨੂੰ ਹੀ ਅੰਮ੍ਰਿਤਸਰ ਸਮਝ ਕੇ ਇੱਥੇ ਹੀ ਵਸ ਜਾਵਾਂ ਸਦਾ ਹਾਂਜੀ ਮਿਲੇ ਰਹਿ ਹਰ ਖੈਂ ਦਰਸ ਗੁਣ ਗਿਆਨ ਧਿਆਨੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਗਿਆਨ ਦਾ ਖਜ਼ਾਨਾ ਉਹ ਆਪ ਜੀ ਨਿਧਾਨ ਹੋ ਮਹਾਰਾਜ ਕਿਰਪਾ ਕਰੋ ਅਸੀਂ ਤੁਹਾਡੇ ਦਰਸ਼ਨ ਕਰਿਆ ਕਰਾਂਗੇ ਸਾਨੂੰ ਕੁਝ ਪ੍ਰਾਪਤ ਹੋਇਆ ਕਰੇਗਾ ਸੋਨ ਧੀਰਜ ਸਤ ਗੁਰ ਦਈ ਹੋਏ ਤਿਆਰ ਚੱਲੇ ਹਨ ਮਰਨ ਧੀਰਜ ਦਿੱਤਾ ਵੀ ਨਹੀਂ ਸਾਡੀ ਜ਼ਿੰਮੇਵਾਰੀ ਉੱਥੇ ਲੱਗੀ ਹੈ ਚੱਲਣ ਦੀ ਤਿਆਰੀ ਕੀਤੀ ਖਾਸੇ ਪਰ ਪੁਸਤਕ ਸ਼ੁਭਤ ਸ਼ੁਭ ਚਮਰ ਟੁਲੇ ਹੈ ਪਾਲਕੀ ਸਾਹਿਬ ਚ ਗੁਰਬਾਣੀ ਦੀਆਂ ਪੋਥੀਆਂ ਸਜਾਈਆਂ ਨੇ ਤੇ ਦੋਵੇਂ ਪਾਸੇ ਚੋਰ ਸੱਭ ਹੋ ਰਹੀ ਹੈ ਜੀ ਅੱਜ ਕਿ ਆਖੋ ਵਾਹਿਗੁਰੂ ਜੇ ਇੱਕ ਤੋਂ ਵੱਧ ਚੋਰ ਸੱਭ ਵੀ ਕਰ ਲਓ ਤੇ ਕੋਈ ਮਾੜੀ ਗੱਲ ਨਹੀਂ ਹੈਗੀ ਜੀ ਹਾਂਜੀ ਦੋ ਵੀ ਕਰ ਸਕਦੇ ਚਾਰ ਵੀ ਕਰ ਸਕਦੇ ਹੋ ਕਮਾਲ ਦੀ ਗੱਲ ਇਹ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚੌਰ ਸਾਬ ਝੋਲਦਾ ਹੈ ਜੀ ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਬਾਣੀ ਉੱਤੇ ਚੌਰ ਸਾਬ ਕਰੋ ਜੀ ਤੁਸੀਂ ਵੀ ਕਰੋ ਜੀ ਆਖੋ ਵਾਹਿਗੁਰੂ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਣੀ ਤੇ ਚੌਰ ਸਾਬ ਕਰੋ ਪਾਲਕੀ ਸਾਹਿਬ ਦੇ ਦੋਨੇ ਪਾਸੇ ਚੌਰਸਾਬ ਹੋ ਰਿਹਾ ਜੀ ਹਾਂਜੀ ਰਾਗੀ ਕਰਤੇ ਕੀਰਤਨ ਬਹੁ ਸਾਜ বাজਾਏ ਰਾਗੀ ਕੀਰਤਨ ਕਰ ਰਹੇ ਨੇ ਬੜੇ ਸਾਜ ਵੱਜ ਰਹੇ ਨੇ ਤੇ ਨਗਰ ਕੀਰਤਨ ਜਿਵੇਂ ਜਾਂਦਾ ਉਵੇਂ ਜਾ ਰਹੇ ਨੇ ਹਾਂਜੀ ਤਬ ਸੰਖਨ ਕੀ ਧੁਨ ਭਈ ਸੰਨ ਬਸ ਬਰਸਾਏ ਸੰਗਤ ਦੀ ਸੰਖਾਂ ਦੀ ਧੁਨ ਵੱਜੀ ਐ ਸੰਖ ਵੱਜੇ ਨੇ ਤੇ ਫਿਰ ਖੜਾ ਊਰ ਸਾਹਿਬ ਦੀਆਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ ਹੈ ਲਗ ਦੁੰਧਪ ਮਰਦੁ ਬਾਜਤੇ ਤੁਰਹੀ ਸੁਨਫੀਰੀ ਛੋਟੇ ਨਗਾਰੇ ਵੱਜੰਦੇ ਆ ਤੁਰੀਆਂ ਵੱਜ ਰਹੀਆਂ ਨੇ ਨਫੀਰੀਆਂ ਵੱਜ ਰਹੀਆਂ ਹਨ ਹਾਂਜੀ ਜੈ ਜੈਕਾਰ ਉਚਾਰਤੀ ਚਹ ਹਿਸ਼ਮੈ ਪੀਰੀ ਜੈ ਜੈਕਾਰ ਸੰਗਤਾਂ ਕਰ ਰਹੀਆਂ ਬਾਣੀ ਦੀਆਂ ਵੀ ਤੇ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਵੀ ਹਾਂਜੀ ਕਰਤ ਮੰਗਲਾਚਾਰ ਕੋ ਬਹੁ ਧੂਪ ਤੁਖਾਵੇਂ ਧੂਪ ਤੁਖਾਉਂਦੇ ਹੋਏ ਅੱਗੇ ਜਾ ਰਹੇ ਨੇ ਤਾਂ ਕਿ ਵਾਤਾਵਰਣ ਸ਼ੁੱਧ ਰਹੇ ਪਵਿੱਤਰ ਰਵੇ ਹਾਂ ਮੰਦ ਮੰਦ ਸ੍ਰੀ ਸਤਗੁਰੂ ਪਾਛੇ ਤਿਸ ਜਾਵੇਂ ਤੇ ਮਹਾਰਾਜ ਗਰੀਬ ਨਵਾਜ਼ ਅੱਗੇ ਗੁਰੂ ਬਾਣੀ ਨੂੰ ਲਾ ਕੇ ਪੋਥੀਆਂ ਨੂੰ ਲਾ ਕੇ ਪਿੱਛੇ ਪਿੱਛੇ ਸਤਗੁਰੂ ਜੀ ਆਪ ਚੱਲ ਕੇ ਜਾ ਰਹੇ ਨੇ ਜੀ ਕਿਉਂ ਮਾਰਾ ਜ ਨੇ ਦਰਸਾਇਆ ਪਰਮੇਸ਼ਰ ਕਾ ਥਾਨ ਪੋਥੀ ਪਰਮੇਸ਼ਰ ਕਾ ਥਾਨ ਪਰਮੇਸ਼ਰ ਕਾ ਥਾਨ ਪੋਥੀ ਪਰਮੇਸ਼ਰ ਕਾ ਥਾਨ ਮਾਰਾ ਨੇ ਸਿੱਖਾਂ ਨੂੰ ਦੱਸਿਆ ਸਿੱਖੋ ਪੋਥੀਆਂ ਚ ਵਾਹਿਗੁਰੂ ਦੀ ਥਾਂ ਹੈ ਪਰਮੇਸ਼ਰ ਹੈ ਇਹਦੇ ਵਿੱਚ ਇੱਕ ਕੋਸ ਚੱਲ ਕੇ ਟਿੱਕੇ ਦਾਤੂ ਸੰਗ ਭਾਖੀ ਇੱਕ ਕੋ ਤੇ ਬਾਬਾ ਦਾਤੂ ਜੀ ਨਾਲ ਗਏ ਜੀ ਮਹਾਰਾਜ ਦੇ ਇੱਕ ਕੋ ਜਾ ਕੇ ਫਿਰ ਟਿਕ ਗਏ ਜੀ ਹਾਂਜੀ ਹਟ ਹੋ ਆਪ ਕਰੂ ਨਾ ਕਰੋ ਹੋ ਪੂਰੀ ਅਬਲਾਖੀ ਮਹਾਰਾਜ ਸੱਚੇ ਬਾਦਸ਼ਾਹ ਟਿਕ ਗਏ ਬਾਬਾ ਦਾਤੂ ਜੀ ਨੂੰ ਮਗਰਮੋੜ ਦੇ ਕਹਿੰਦੇ ਹੁਣ ਤੁਸੀਂ ਵਾਪਸ ਜਾਓ ਕਹਿਣ ਲੱਗੇ ਹਾਂਜੀ ਸਿਮਰ ਹੋ ਆਪਣੇ ਜਾਨ ਕੈ ਹਮ ਦਾਸ ਤੇ ਹਾਰੇ ਸਾਨੂੰ ਆਪਣੇ ਜਾਣਿਓ ਤੇ ਸੇਵਕ ਸਮਝਿਓ ਮਹਾਰਾਜ ਕਹਿਣ ਲਗੇ ਹਾਂਜੀ ਗਰੀ ਪਰਸਪਰ ਬੰਦਨਾ ਔਰ ਪ੍ਰੇਮ ਉਦਾਰੇ ਬਾਬਾ ਦਾਤੂ ਜੀ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਜੀ ਤੇ ਗੁਰੂ ਸਾਹਿਬ ਨੇ ਬਾਬਾ ਦਾਤੂ ਜੀ ਨੂੰ ਕੀਤੀ ਜੀ ਇੱਕ ਦੂਜੇ ਨੂੰ ਪ੍ਰੇਮ ਨਾਲ ਕੀਤੀ ਜੀ ਹਨ ਸ਼੍ਰੀ ਦਾਤੂ ਘਰ ਕੋ ਹਟਿਓ ਮਨ ਆਨੰਦ ਹੋਵਾ ਤੇ ਸਾਧ ਸੰਗਤ ਜੀ ਫਿਰ ਬਾਬਾ ਦਾਤੂ ਜੀ ਵਾਪਸ ਆਪਣੇ ਘਰ ਆ ਗਏ ਮਹਾਰਾਜ ਅੱਗੇ ਚੱਲ ਪਏ ਚਤੁਰ ਗੁਰੂ ਕੋ ਰੂਪ ਅਬ ਸ਼੍ਰੀ ਅਰਜਨ ਹੋਵਾ ਤੇ ਬਾਬਾ ਦਾਤੂ ਜੀ ਨੇ ਬਿਲਕੁਲ ਪਾਵਨਾਏ ਰੱਖੀ ਹੈ ਚਾਰੇ ਗੁਰੂਆਂ ਦਾ ਰੂਪ ਨੇ ਗੁਰੂ ਅਰਜਨ ਦੇਵ ਜੀ ਮਹਿਮਾ ਮਹਾ ਵਿਚਾਰ ਤੋਂ ਬੜ ਅਜ਼ਮਤ ਜੋਵਾ ਬੜੀ ਵੱਡੀ ਮਹਿਮਾ ਬਾਬਾ ਜੀ ਨੇ ਆਪਣੇ ਹਿਰਦੇ 'ਚ ਵਿਚਾਰੀ ਜੀ ਬਾਬਾ ਜੀ ਘਰ ਤੇ ਆ ਗਏ ਪਰ ਆਪਣੇ ਘਰ 'ਚ ਬੈਠਿਆਂ ਸੋਚ ਰਹੇ ਵੀ ਇਹ ਬਹੁਤ ਭਾਰੀ ਗੁਰੂ ਨੇ ਹੱਥ ਲਾਉਂਦਿਆਂ ਸਾਰੀ ਕਈ ਸਾਲਾਂ ਦੀ ਪੀੜ ਜਿਹੜੀ ਹੈ ਉਹ ਮੇਰੀ ਇੱਕ ਖਿੰਨ 'ਚ ਦੂਰ ਕਰ ਦਿੱਤੀ ਇਹਨਾਂ ਨੇ ਇਹ ਬਹੁਤ ਭਾਰੀ ਗੁਰੂ ਨੇ ਵੱਡੇ ਹੈ ਗੁਰੂ ਨੇ ਸਮਰੱਥ ਨੇ ਬਾਬਾ ਦੱਤ ਦਾਤੂ ਜੀ ਆਪਣੇ ਮਨ ਚ ਮਹਿਮਾ ਵਿਚਾਰ ਰਹੇ ਨੇ ਹੰਦੀ ਬਾਹਰ ਗਰੀਬੀ ਕੇ ਸਹਿਤ ਨਿਤ ਕਿਰਪਾ ਨਿਧਾਨਾ ਫਿਰ ਹੋਰ ਪਤਾ ਕੀ ਵਿਚਾਰਦੇ ਐ ਵੀ ਕਮਾਲ ਦੀ ਗੱਲ ਇਹ ਐ ਇੰਨੀ ਵੱਡੀ ਤਾਕਤ ਹੋਣ ਦੇ ਬਾਵਜੂਦ ਵੀ ਇੰਨੇ ਨਿਮਰਤਾ ਵਿੱਚ ਹਨ ਕਿੰਨੀ ਨਿਮਰਤਾ ਹੈ ਤੇ ਸੰਗਤ ਦੀ ਗੁਰੂ ਸਾਹਿਬ ਦੀ ਕਥਾ ਸੁਣਾ ਕੇ ਤੇ ਸੁਣ ਕੇ ਵੈਰ ਵਿਰੋਧ ਹੀ ਰੱਖਣਾ ਤੇ ਈਰਖਾ ਹੀ ਰੱਖਣੀ ਹੈਗੀ ਤੇ ਨਾ ਸੁਣਾਉਣ ਦਾ ਹੀ ਫਾਇਦਾ ਤੇ ਨਾ ਸੁਣਨ ਦਾ ਹੀ ਹੈਗਾ ਜੀ ਗੱਜ ਕੇ ਆਖੋ ਵਾਹਿਗੁਰੂ ਵੈਰ ਤੇ ਛੱਡਦੇ ਨਹੀਂ ਅੰਦਰੋਂ ਤੇ ਫਿਰ ਕੀ ਫਾਇਦਾ ਹੈਗਾ ਜੀ ਬਾਬਾ ਦਾਤੂ ਜੀ ਘਰ ਚ ਬੈਠੇ ਸੋਚਦੇ ਆ ਕਹਿੰਦੇ ਐ ਇੰਨੀ ਵੱਡੀ ਪਦਵੀ ਤੇ ਇੰਨੀ ਗਰੀਬੀ ਇੰਨੀ ਨਿਮਰਤਾ ਤੇ ਹੈ ਕਿਰਪਾ ਦੇ ਖਜ਼ਾਨੇ ਕਿਰਪਾ ਬੜੀ ਕਰਦੇ ਨੇ ਹਾਂਜੀ ਸ੍ਰੀ ਸਤਗੁਰ ਪਗ ਨਗਨ ਤੇ ਪਾਛੇ ਪ੍ਰਸਥਾਨ ਨੇ ਕੋਤਰ ਮਹਾਰਾਜ ਗੁਰੂ ਅਰਜਨ ਦੇ ਮਹਾਰਾਜ ਪਾਲ ਕੀ ਸਾਹਿਬ ਦੇ ਮਗਰ ਮਗਰ ਨੰਗੇ ਚਰਨ ਜਾ ਰਹੇ ਹਨ ਜੀ ਅੱਗੇ ਖਾਸਾ ਪੋਥੀ ਅਨ ਸਿੱਖ ਕੰਧ ਭਿਆਨੇ ਅੱਗੇ ਅੱਗੇ ਪਾਲਕੀ ਸਾਹਿਬ ਚੱਲ ਰਹੀ ਐ ਸਿੱਖਾਂ ਨੇ ਮੋਢਿਆਂ ਤੇ ਪਾਲਕੀ ਸਾਹਿਬ ਨੂੰ ਉਠਾਇਆ ਹੋਇਆ ਜੀ ਚਮਰ ਚਾਰ ਦਹੁ ਦਿਸ਼ ਢੁਰਤ ਬਹੁ ਸੰਖ ਬਜਾਏ ਸੋਹਣੇ ਚੌਰ ਸਾਹਿਬ ਦੋਵੇਂ ਪਾਸੇ ਚੁੱਲ ਰਹੇ ਨੇ ਜੀ ਦੋਵੇਂ ਪਾਸੇ ਚੁੱਲ ਰਹੇ ਨੇ ਤੇ ਫਿਰ ਬਹੁ ਸੰਖ ਪਜਾਵੇਂ ਸੰਖ ਵੱਜ ਰਹੇ ਨੇ ਅੱਜ ਤੇ ਸੰਖ ਨੂੰ ਵੀ ਬ੍ਰਾਹਮਣ ਮਤ ਲੈ ਲਿਆ ਗੱਤ ਕਿ ਰੱਖੋ ਵਾਹ ਸਾਧ ਸੰਗਤ ਜੀ ਹਰ ਕੋਈ ਬ੍ਰਾਹਮਣ ਮੱਤ ਥੋੜੀ ਗੱਲ ਹੁੰਦੀ ਹੈ ਜੀ ਪਹਿਲਾ ਪਿੰਡਾਂ ਚ ਕੀ ਹੁੰਦਾ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂਦੇ ਅੱਗੇ-ਅੱਗੇ ਸੰਖ ਵਜਦਾ ਹੁੰਦਾ ਸੀਗਾ ਜੀ ਪਤਾ ਲੱਗਦਾ ਸੀ ਵੀ ਮਹਾਰਾਜ ਆ ਰਹੇ ਹੁਣ ਵਜਾਉਣਾ ਹੀ ਨਹੀਂ ਹੁੰਦਾ ਤਾਂ ਕਹਿੰਦੇ ਬ੍ਰਾਹਮਣ ਮੱਤ ਹੈ ਕੀ ਹੈ ਜੀ ਵਜਾਉਣਾ ਨਹੀਂ ਨਾ ਹੁੰਦਾ ਜੋਰ ਲੱਗਦਾ ਨਾ ਜੀ ਸੰਖ ਵੱਜ ਰਹੇ ਨੇ ਅੱਗੇ-ਅੱਗੇ ਪਤਾ ਲੱਗ ਰਿਹਾ ਵੀ ਕੋਈ ਆ ਰਿਹਾ ਹੈ ਜੀ ਹਾਂ ਜੀ 임 ਮੰਗਲ ਕੋ ਕਰਤ ਹੀ ਉੱਤਰ ਦਿਸ਼ ਜਾਵੇਂ ਬਹੁਤ ਸੰਖ ਵਜ ਰਹੇ ਨੇ ਬਹੁਤ ਸੰਖ ਜੀ ਚਮਰ ਚਾਰ ਦੋਹਾਂ ਦਿਸ਼ ਢੁਰਤ ਬਹੁ ਸੰਖ ਬਜਾਵੈ ਸਿੱਖ ਬਹੁਤ ਸੰਖ ਵਜਾ ਰਹੇ ਨੇ ਤੇ ਜਿਵੇਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਥੀ ਦਰਬਾਰ ਸਾਹਿਬ ਜਾਂਦੇ ਤੇ ਨਰਸਿੰਘਾ ਵੱਜਦਾ ਜੀ ਦੂਰੋਂ ਪਤਾ ਲੱਗਦਾ ਵੀ ਮਹਾਰਾਜ ਜਾ ਰਹੇ ਹਨ ਬਹੁਤ ਸੰਖ ਵਜ ਰਹੇ ਨੇ 임 ਮੰਗਲ ਕੋ ਕਰਤ ਹੀ ਉੱਤਰ ਦਿਸ਼ ਜਾਵੇਂ ਇਸ ਤਰ੍ਹਾਂ ਮੰਗਲ ਕਰਦੇ ਆ ਜੈ ਜੈਕਾਰ ਕਰਦੇ ਆ ਪਿੰਡਾਂ ਦੇ ਵਿੱਚੋਂ ਹੁੰਦਿਆਂ ਆਉਂਦੇ ਆ ਪੋਥੀਆਂ ਲੈ ਕੇ ਮਹਾਰਾਜ ਉੱਤਰ ਵਾਲੇ ਪਾਸੇ ਆ ਰਹੇ ਹਨ ਹਾਂਜੀ ਸਨੇ ਸਨੇ ਸਭ ਹੀ ਚਲਤ ਮਨ ਨਮਰ ਕਰੰਤੇ ਹੌਲੇ ਹੌਲੇ ਸਹਜੇ ਸਹਜੇ ਚੱਲ ਰਹੇ ਨੇ ਕਾਲ ਨਹੀਂ ਹੈ ਜੀ ਕਿਸੇ ਗੱਲ ਦੀ ਜੀ ਸਹਜੇ ਸਹਜੇ ਸਾਰੇ ਚੱਲ ਰਹੇ ਆ ਤੇ ਪੋਥੀਆਂ ਨੂੰ ਵੇਖ ਕੇ ਦਰਸ਼ਨ ਕਰਕੇ ਮਨ ਨੀਵਾ ਕਰ ਰਹੇ ਨੇ ਸਾਰੇ ਨਿਮਰਤਾ ਧਾਰਨ ਕਰਦੇ ਮੱਥਾ ਟੇਕਦੇ ਹਨ ਸ੍ਰੀ ਅਰਜਨ ੁਰ ਭਾਉ ਪੇਖ ਬਲਿਹਾਰ ਹੋਵੰਤੇ ਵਾਹਿਗੁਰੂ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਹਾਰਾਜ ਨੰਗੇ ਚਰਨ ਪਿੱਛੇ ਪਿੱਛੇ ਜਾ ਰਹੇ ਜੀ ਸਿੱਖ ਸੰਗਤਾਂ ਮਹਾਰਾਜ ਦੀ ਇਹ ਸ਼ਰਧਾ ਵੇਖ ਕੇ ਬਲਿਹਾਰ ਜਾ ਰਹੀਆਂ ਨੇ ਜੀ ਕਮਾਲ ਦੀ ਗੱਲ ਅਸੀਂ ਤੇ ਸ਼ਰਧਾ ਰੱਖਣੀ ਐ ਪਰ ਗੁਰੂ ਅਰਜਨ ਸਾਹਿਬ ਵੀ ਸ਼ਰਧਾ ਰੱਖ ਰਹੇ ਨੇ ਸ੍ਰੀ ਅਰਜਨ ਉਰ ਭਾਉ ਪਿਖ ਬਲੇਹਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਰਧਾ ਵੇਖ ਕੇ ਪਿਆਰ ਵੇਖ ਕੇ ਸਾਰੇ ਬਲਿਹਾਰ ਜਾ ਰਹੇ ਨੇ ਜੀ ਕਮਾਲ ਹੈ ਗੁਰੂ ਹੋ ਕੇ ਇਨਾ ਸਤਕਾਰ ਬਾਣੀ ਦਾ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿਰ ਝੁਕਾਈਏ ਆਖੋ ਧੰਨ ਗੁਰੂ ਗ੍ਰੰਥ ਸਾ ਨਸਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਸੇਧ ਮਿਲ ਰਹੀ ਹੈ ਜੀ ਬਾਣੀ ਦਾ ਸਤਕਾਰ ਕਿਵੇਂ ਕਰਨਾ ਹੈ ਸੁਧਾ ਸਰੋਵਰ ਕੋਸ ਦੋਏ ਜਬ ਰਹਿਓ ਅਗਾਰੇ ਤੇ ਚਲਦਿਆਂ ਚਲਦਿਆਂ ਖਡੂਰ ਸਾਹਿਬ ਤੋਂ ਸੰਗਤ ਰਹੀ ਇਹ ਸਾਰਾ ਇਲਾਕਾ ਤਰਨਤਾਰਨ ਦੇ ਵਿੱਚੋਂ ਵਿੱਚੋਂ ਹੁੰਦਿਆਂ ਮਹਾਰਾਜ ਗਰੀਬ ਨਿਵਾਜ ਅੰਮ੍ਰਿਤਸਰ ਪਹੁੰਚ ਰਹੇ ਹੈ ਦੋ ਕੋਹ ਦੀ ਦੂਰੀ ਰਹਿ ਗਈ ਦੀ ਸੋਚ ਕਰਨ ਹਿੱਤ ਸਭ ਟਿੱਕੇ ਖਾਸ ਸੋ ਉਤਾਰੇ ਤੇ ਫਿਰ ਮਹਾਰਾਜ ਨੇ ਪਾਲਕੀ ਸਾਹਿਬ ਸਜਾ ਦਿੱਤੀ ਤੇ ਇਸ਼ਨਾਨ ਪਾਨ ਇੱਕ ਜਗ੍ਹਾ ਵੇਖ ਕੇ ਇਸ਼ਨਾਨ ਪਾਨ ਕੀਤਾ ਜੀ ਹੁਣ ਬਹੁਤ ਸਾਰੇ ਸਥਾਨ ਜਿਹੜੇ ਉਹ ਲੱਭਦੇ ਨਹੀਂ ਨਾ ਜੀ ਸਾਨੂੰ ਅੰਮ੍ਰਿਤਸਰ ਤੋਂ 2 ਕੋਹ ਦੀ ਦੂਰੀ ਤੇ ਮਹਾਰਾਜ ਨੇ ਪਾਲਕੀ ਸਾਹਿਬ ਰੱਖਤੀ ਤੇ ਇਸ਼ਨਾਨ ਪਾਨ ਕੀਤਾ ਜੀ ਉਹ ਜਗ੍ਹਾ ਕਿੱਥੇ ਹੈ ਹੁਣੇ ਥਾਵਾਂ ਲੱਭਦੀਆਂ ਨੇ ਜੀ ਜਾਮ ਦਿਵਸ ਬਾਕੀ ਰਹੇਉ ਥਿਤ ਭੇ ਜਿਸ ਕਾਲਾ ਤੇ ਇੱਕ ਪੈਰ ਦਿਨ ਰਹਿ ਗਿਆ ਜੀ ਸ਼ਾਮਾਂ ਪੈ ਗਈਆਂ ਸਾਰੇ ਉੱਥੇ ਹੀ ਠਹਿਰ ਗਏ ਜੀ ਹਾਂ ਜਰੀ ਸੋਚ ਸਭ ਹਉ ਤਹਾ ਔਰ ਹਰਖ ਵਿਸਾਲਾ ਸਭ ਨੇ ਸੋਚ ਪਾਨ ਇਸ਼ਨਾਨ ਕੀਤਾ ਸਾਰੇ ਬੜੇ ਖੁਸ਼ ਸਨ ਵੀ ਅਸੀਂ ਅੰਮ੍ਰਿਤਸਰ ਆ ਗਏ ਆ ਲਗਭਗ ਪਹਿਲਾ 3 ਦਿਨ ਉੱਥੇ ਰਹੇ ਜੀ ਮਹਾਰਾਜ ਹਾਂਜੀ ਫਿਰ ਇੱਕ ਦਿਨ ਰਾਤ ਇਹਰ ਇੱਕ ਦਿਨ ਖਡੂਰ ਸਾਹਿਬ ਰਾਏ ਜੀ ਸੋ ਲਗਭਗ ਕੁੱਲ ਮਿਲਾ ਕੇ ਨਾ ਜੀ ਹਫਤਾ ਹੀ ਹੋ ਗਿਆ ਸੀਗਾ ਜੀ ਖੁਸ਼ੀ ਹੋਈ ਵੀ ਹੁਣ ਅਸੀਂ ਅੰਮ੍ਰਿਤਸਰ ਆ ਗਏ ਹਾਂ ਹਾਂਜੀ ਪ੍ਰਵੇਸ਼ੇ ਚਾਹਤ ਨਿਜ ਪੂਰੀ ਕਰ ਕਾਰਜ ਆਏ ਸਾਰੇ ਹੁਣ ਨਾ ਚਾਹੁੰਦੇ ਆ ਵੀ ਛੇਤੀ ਛੇਤੀ ਅੰਮ੍ਰਿਤਸਰ ਜਾਈਏ ਹਾਂਜੀ ਸੰਖਨ ਬਾਜਿਤ ਸ਼ਬਦ ਕੋ ਧੁਨ ਉੱਚ ਉਠਾਏ ਤੇ ਹੁਣ ਦਾਖਲ ਹੋਣਾ ਚਾਹੁੰਦੇ ਆ ਸੰਖ ਬਾਜਿਆਂ ਦੀ ਆਵਾਜ਼ ਜਿਹੜੀ ਹੈ ਉਹਨਾਂ ਨੇ ਫਿਰ ਹੋਰ ਉੱਚੀ ਕਰ ਦਿੱਤੀ ਆ ਵੀ ਪਤਾ ਲੱਗ ਜਾਏ ਖੂਬ ਸੰਖ ਪੂਰੇ ਜਾ ਰਹੇ ਆ ਦੁੰਦ ਬਵਾਜ ਰਹੇ ਨੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ ਮਹਾਰਾਜ ਗੁਰੂ ਅਰਜਨ ਸਾਹਿਬ ਨੰਗੇ ਚਰਨ ਹਨ ਨਾਲ ਨਾਲ ਦੋਵੇਂ ਪਾਸੇ ਚੌਰ ਸਾਹਿਬ ਹੋ ਰਿਹਾ ਸਾ ਸੰਗਤ ਦੀ ਅੱਗੇ-ਅੱਗੇ ਧੂਪ ਵੀ ਤੁਖਾਈ ਜਾ ਰਹੀ ਆ ਤੇ ਇਹਦੇ ਤੋਂ ਅੱਗੇ ਹੁਣ ਜੋ ਪ੍ਰਸੰਗ ਹੋਏਗਾ ਮਹਾਰਾਜ ਕਿਵੇਂ ਆਉਂਦੇ ਆ ਸ੍ਰੀ ਅਮਰਤ ਸਿਰ ਸਾਹਿਬ ਜੀ ਦੇ ਵਿੱਚ ਤੇ ਆ ਕੇ ਸਭ ਤੋਂ ਪਹਿਲੀਆਂ ਪਹਿਲਾਂ ਪੋਥੀਆਂ ਕਿੱਥੇ ਵਿਰਾਜਮਾਨ ਕਰਦੇ ਹਨ ਇਹ ਸਾਰਾ ਪ੍ਰਸੰਗ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ ਸਤਿਗੁਰੂ ਜੀ ਸਾਡੇ ਤੇ ਸਾਰਿਆਂ ਤੇ ਕਿਰਪਾ ਕਰਨ ਆਪਾਂ ਗੁਰੂ ਜੀ ਦਾ ਬਖਸ਼ਿਆ ਹੋਇਆ ਨਾਮ ਜਪ ਸਕੀਏ ਗੁਰਮੰਤਰ ਮੂਲ ਮੰਤਰ ਭਜਨ ਬੰਦਗੀ ਸੇਵਾ ਸਿਮਰਨ ਦੀ ਕਮਾਈ ਕਰ ਸਕੀਏ ਸੱਚੇ ਪਾਤਸ਼ਾਹ ਐਸੀ ਸਾਡੇ ਤੇ ਸਾਰਿਆਂ ਤੇ ਕਿਰਪਾ ਕਰਨ ਆਓ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਗਾਹੋ ਜੀ ਵਾਹਿਗੁਰੂ ਸਤਿਗੁਰੂ ਦੀ ਕਿਰਪਾ ਕਰਨ ਇਹ ਸਾਰੀ ਮਹਾਰਾਜ ਨੇ ਜੋ ਖੇਚਲ ਕੀਤੀ ਹੈ ਇਹ ਸਾਡੇ ਜੀਵਾਂ ਦੇ ਭਲੇ ਵਾਸਤੇ ਕੀਤੀ ਹੈ ਪਹਿਲਾਂ ਮਹਾਰਾਜ ਖਡੂਰ ਸਾਹਿਬ ਗਏ ਵਾਹਿਗੁਰੂ ਪਹਿਲਾਂ ਗੋਇੰਦਵਾਲ ਸਾਹਿਬ ਗਏ ਉੱਥੋਂ ਫਿਰ ਪੈਦਲ ਚੱਲ ਕੇ ਮਹਾਰਾਜ ਆਏ ਪੈਦਲ ਚੱਲ ਕੇ ਔਰ ਪੈਦਲ ਚੱਲ ਕੇ ਵੀ ਕਿਵੇਂ ਨੰਗੇ ਚਰਨ ਆਏ ਨੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿੰਨਾ ਸਤਿਕਾਰ ਹੋਏਗਾ ਜੀ ਹਾਂਜੀ ਉਦੋਂ ਤੇ ਰਸਤੇ ਵੀ ਬਹੁਤ ਵਿਖਮ ਸੀਗੇ ਇਹ ਤੋਂ ਨੰਗੇ ਚਰਨ ਮੰਦਾ ਦਰਬਾਰ ਸਾਹਿਬ ਤੱਕ ਹੀ ਜਾਵੇ ਤੇ ਬਹੁਤ ਖੇਚਲ ਮਹਿਸੂਸ ਕਰਦਾ ਜੀ ਹਾਂਜੀ ਬਾਣੀ ਦਾ ਸਤਿਕਾਰ ਕਿਵੇਂ ਕਰਨਾ ਗੁਰੂ ਅਰਜਨ ਸਾਹਿਬ ਜੀ ਨੇ ਕਰਕੇ ਸਾਨੂੰ ਦੱਸਿਆ ਕਰਕੇ ਦੱਸਿਆ ਗੋਇੰਦਵਾਲ ਸਾਹਿਬ ਜੀ ਤੋਂ ਨੰਗੇ ਚਰਨ ਮਹਾਰਾਜ ਸੱਟੇ ਪਾਸ਼ਾ ਸ੍ਰੀ ਅੰਮ੍ਰਿਤਸਰ ਸਾਹਿਬ ਪੈਦਲ ਚੱਲ ਕੇ ਆਏ ਆ ਕਿੰਨੀ ਵੱਡੀ ਹੈ ਬਾਣੀ ਕਿੰਨੀ ਵੱਡੀ ਹੈ ਬਾਣੀ ਮਹਾਰਾਜ ਦੀ ਕਿਰਪਾ ਕਰਨ ਹੋਈਆ ਭੁੱਲਾ ਚੁਕਾਂ ਦੀ ਖਿਮਾ ਬਖਸ਼ਿਸ਼ ਕਰਨੀ ਪਿਆਰ ਸਤਕਾਰ ਨਾਲ ਗੱਜ ਕੇ ਸਾਡੀ ਸੰਗਤ ਫਤਿਹ ਬੁਲਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ